ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਸਨ ਪਦ ਸਾਰੰ ਮਾਲ ਸ੍ਰੀ ਮਨ ਲਾਲ ਭੁਜੰਗੀ ਸੇਸ ਮਣੀ ਉਰ ਹਾਰ ਅਨੰਗੀ ਮਾਲ ਸ੍ਰੀ ਮਨ ਲਾਲ ਭੁਜੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਗੁਰੂ ਕੀਆਂ ਸਿੱਖ ਸੰਗਤਾਂ ਦੇ ਉੱਪਰ ਤਰੁੱਟ ਕਰਕੇ ਆਪ ਸੰਗਤਾਂ ਨੂੰ ਸ੍ਰੀ ਸਰਬਲੋਕ ਗ੍ਰੰਥ ਦੀ ਕਥਾ ਬਹੁਤ ਹੀ ਮਿਹਰ ਕਰਕੇ ਸਤਿਗੁਰੂ ਸਾਹਿਬ ਜੀ ਸਰਵਣ ਕਰਵਾ ਰਹੇ ਨੇ। ਆਪ ਵੀ ਗੁਰੂ ਕੀਆਂ ਸੰਗਤਾਂ ਹਰ ਰੋਜ਼ ਚੌਂਕੜੇ ਲੈ ਕਰਕੇ ਹੰਸ ਸਮਾਨ ਬਿਰਤੀ ਰੱਖ ਕਰਕੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਕਥਾ ਸਰਵਣ ਕਰਦੇ ਆ ਰਹੇ ਹੋ। ਸੋ ਸਤਿਗੁਰੂ ਸਾਹਿਬ ਜੀ ਕਸ਼ਤਰੀ ਹੋਣ ਦੇ ਨਾਂ ਦੇ ਉੱਪਰ, ਕਿਉਂਕਿ ਜੋ ਕਸ਼ਤਰੀਆਂ ਦੀ ਵੰਸ਼ ਹੈ ਉਹ ਸੂਰਜ ਤੋਂ ਅਤੇ ਚੰਦਰਮੇ ਤੋਂ ਮੰਨੀ ਗਈ ਹੈ। ਇੱਕ ਵੰਸ਼ ਗੁਰੂ ਖਾਲਸਾ ਜੀ ਸੂਰਜ ਵੰਸ਼ੀ ਹੈ, ਇੱਕ ਵੰਸ਼ ਚੰਦਰ ਵੰਸ਼ੀ ਹੈ। ਤੋ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਆਪਣਾ ਫਰਜ਼ ਪਛਾਣਦੇ ਹੋਏ ਜਿੱਥੇ ਸਰਬਲੋ ਪ੍ਰਕਾਸ਼ ਗ੍ਰੰਥ ਦੇ ਵਿੱਚ ਦੇਵਤਿਆਂ ਦੇ ਉੱਪਰ, ਦੈਂਤਾਂ ਦੇ ਉੱਪਰ ਦੇਵਤਿਆਂ ਦੀ ਚੜ੍ਹਾਈ ਦਾ ਪ੍ਰਸੰਗ ਲਿਖ ਰਹੇ ਨੇ, ਇੰਦਰਪੁਰੀ ਦੇ ਵਿੱਚ ਫੌਜਾਂ ਦਾ ਇਕੱਠ ਹੋਣਾ ਲਿਖ ਰਹੇ ਨੇ, ਉੱਥੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਸੂਰਜ ਦੇ ਅਤੇ ਚੰਦਰਮੇ ਦੇ ਪ੍ਰਸੰਗ ਨੂੰ ਬੜਾ ਵਧਾ ਕਰਕੇ ਲਿਖ ਰਹੇ ਨੇ। ਸੋ ਸਾਹਿਬ ਜੀ ਚੰਦਰਮੇ ਦੀ ਹੁਣ ਸ਼ੋਭਾ ਕਰ ਰਹੇ ਨੇ, ਚੰਦਰਬੰਸੀ ਛਤਰੀ ਜੋ ਹੋਏ ਨੇ ਉਹਨਾਂ ਵਿੱਚ ਜੈਸੀ ਚੰਦਰਮੇ ਦੀ ਸ਼ੋਭਾ ਕੀਤੀ ਜਾਂਦੀ ਹੈ ਉਹ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਛਤਰੀ ਹੋਣ ਦੇ ਨਾਂ ਦੇ ਉੱਪਰ ਇੱਥੇ ਦਰਜ ਕਰ ਰਹੇ ਨੇ। ਸੋ ਪਿਆਰ ਦੇ ਨਾਲ ਹੀ ਸਤਿਗੁਰੂ ਸਾਹਿਬ ਜੀ ਦੀ ਪਾਵਨ ਕਥਾ ਜਿਹੜੀ ਹੈ ਇਹ ਸਰਵਣ ਕਰਨ ਦਾ ਯਤਨ ਕਰੀਏ, ਕਿਉਂਕਿ ਇਹ ਸਤਿਗੁਰੂ ਸਾਹਿਬ ਜੀ ਦੀ ਕਥਾ ਐਸੀ ਹੈ। ਮਹਾਰਾਜ ਸਾਹਿਬ ਜੀ ਥੋੜ੍ਹੀ ਗੱਲ ਨੂੰ ਬਹੁਤਿਆਂ ਕਰਕੇ ਕਹਿ ਰਹੇ ਨੇ, ਕਿਉਂਕਿ ਗੁਰੂ ਖਾਲਸਾ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਵੀ, ਗੁਰਬਿਲਾਸ ਪਾਤਸ਼ਾਹ ਜੀ ਛੇਵੀਂ ਗ੍ਰੰਥ ਦੇ ਵਿੱਚ ਵੀ ਭਗਤੇ ਦੇ ਅਤੇ ਸਰੋਤੇ ਦੇ ਲਕਸ਼ਣ ਆਉਂਦੇ ਨੇ। 14 ਲਕਸ਼ਣ ਗੁਰੂ ਖਾਲਸਾ ਜੀ ਭਗਤੇ ਦੇ ਨੇ ਅਤੇ 14 ਲਕਸ਼ਣ ਸਰੋਤੇ ਦੇ ਨੇ, ਸੁਣਨ ਵਾਲੇ ਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਦੱਸੇ ਅਤੇ ਉਹਦੇ ਵਿੱਚ ਇਹ ਵੀ ਦੱਸਿਆ ਇਹ ਵੀ ਭਗਤਾ ਇਹੋ ਜਿਹਾ ਹੋਵੇ ਜਿਹੜਾ ਥੋੜ੍ਹੀ ਗੱਲ ਨੂੰ ਬਹੁਤੀ ਕਰਕੇ ਕਹਿਣ ਦੀ ਸਮਰੱਥਾ ਰੱਖਦਾ ਹੋਵੇ ਅਤੇ ਬਹੁਤੀ ਗੱਲ ਨੂੰ ਥੋੜ੍ਹਿਆਂ ਕਰਕੇ ਕਹਿਣ ਦੀ ਸਮਰੱਥਾ ਰੱਖਦਾ ਹੋਵੇ, ਉਹ ਸਮੇਂ ਦਾ ਹਿਸਾਬ ਲਾ ਲਵੇ। ਅਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਇੱਥੇ ਥੋੜ੍ਹੀ ਗੱਲ ਨੂੰ ਬਹੁਤ ਅਲੰਕਾਰਾਂ ਦੇ ਨਾਲ ਸ਼ਿੰਗਾਰ ਕਰਕੇ ਅਤੇ ਵੱਖੋ ਵੱਖਰੇ ਸ਼ਬਦਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਵੱਖ ਵੱਖ ਛੰਦਾਂ ਦੇ ਵਿੱਚ, ਵੱਖ ਵੱਖ ਅਲੰਕਾਰਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਵਰਣਨ ਕਰ ਰਹੇ ਨੇ। ਅਤੇ ਕਈ ਗੁਰੂ ਖਾਲਸਾ ਜੀ ਕਹਿ ਦਿੰਦੇ ਵੀ ਕੋਈ ਗੱਲ ਮੁੜ ਮੁੜ ਆਈ ਜਾਂਦੀ ਹੈ, ਇੱਕ ਗੱਲ ਨੂੰ ਮੁੜ ਮੁੜ ਕੇ ਕਰਨਾ ਇਹ ਵੀ ਇੱਕ ਕਲਾ ਹੈ, ਗੱਲ ਤਾਂ ਇੱਕ ਨਹੀਂ ਹੁੰਦੀ। ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕੇ ਪ੍ਰਸੰਗ ਨੂੰ ਵੱਖ ਵੱਖ ਸ਼ਬਦਾਂ ਵਿੱਚ ਕਹਿ ਰਹੇ ਨੇ। ਆਓ ਪਿਆਰ ਦੇ ਨਾਲ ਸਰਵਣ ਕਰੀਏ, ਮਨ ਦੀਆਂ ਬਿਰਤੀਆਂ ਨੂੰ ਇਕਾਗਰ ਚਿਤ ਕਰਨ ਵਾਸਤੇ ਸਤਿਗੁਰੂ ਸਾਹਿਬ ਜੀ ਦਾ ਪਾਵਨ ਨਾਮ ਉਚਾਰਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸ਼੍ਰੀ ਸਰਬਲੋ ਜੀ ਸਹਾਈ। ਵਾਹਿਗੁਰੂ ਸਾਹਿਬ ਜੀ ਬਿਸਨ ਪਦ ਸਾਰੰ ਮਾਲ ਸ੍ਰੀ ਮਨ ਲਾਲ ਭੁਜੰਗੀ। ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਸ਼੍ਰੋਮਣੀ ਮਾਲਾ ਪਾਈ ਹੋਈ ਹੈ ਚੰਦਰਮੇ ਨੇ ਗਲ ਵਿੱਚ ਅਤੇ ਉਹਦੇ ਵਿੱਚ ਮਣੀਆਂ ਲੱਗੀਆਂ ਹੋਈਆਂ ਨੇ, ਭੁਜੰਗੀ ਸੱਪਾਂ ਦੀਆਂ ਉਹਦੇ ਵਿੱਚ ਲਾਲ ਲੱਗੇ ਹੋਏ ਨੇ। ਸ਼ੇਸ਼ ਮਣੀ ਉਰ ਹਾਰ ਅਨੰਗੀ। ਸਾਹਿਬ ਜੀ ਕਹਿੰਦੇ ਨੇ ਸ਼ੇਸ਼ ਨਾਗ ਦੀਆਂ ਮਣੀਆਂ ਲੱਗੀਆਂ ਨੇ,
ਜਿਹੜਾ ਗਲੇ ਦੇ ਵਿੱਚ ਹਾਰ ਪਾਇਆ ਏ। ਅਨੰਗੀ ਕਾਮਦੇਵ ਵਰਗੀ ਉਸ ਦੀ ਸ਼ੋਭਾ ਹੈ। ਬਿਲਮ ਮਰੀਚ ਨੀਲ ਮਣ ਮਾਲਾ, ਸਾਹਿਬ ਜੀ ਕਹਿੰਦੇ ਨੇ ਉਹ ਜਿਹੜੀ ਮਾਲਾ ਹੈ ਉਹ ਬੜੀ ਮਰੀਚ ਕਹੀਏ ਚਮਕਦਾਰ ਹੈ, ਉਹ ਨਿਰਮਲ ਹੈ ਤੇ ਉਹਦੇ ਵਿੱਚ ਨੀਲੀਆਂ ਮਣੀਆਂ ਲੱਗੀਆਂ ਹੋਈਆਂ ਨੇ। ਐਸੀ ਉਹ ਮਾਲਾ ਹੈ ਗਲੇ ਵਿੱਚ ਜੋ ਪਹਿਨੀ ਹੈ। ਅਲਮਾਸ ਦੁਰਦ ਜਾ ਮਣ ਗਣ ਆਲਾ, ਅਲਮਾਸ ਗੁਰੂ ਖਾਲਸਾ ਜੀ ਇੱਕ ਮੋਤੀ ਦਾ ਨਾਮ ਹੈ। ਫਾਰਸੀ ਦੇ ਗ੍ਰੰਥਾਂ ਵਿੱਚ ਇਹਦੇ ਦੋ ਨਾਮ ਆਏ ਨੇ ਅਲਮਾਸ ਤੇ ਇਲਮਾਸ। ਤੇ ਦੁਰਦ ਜਾ ਗੁਰੂ ਖਾਲਸਾ ਜੀ ਹਾਥੀ ਤੋਂ ਪੈਦਾ ਹੋਇਆ ਮੋਤੀ, ਦੁਰਦ ਮਹਿਣੇ ਹੁੰਦਾ ਇਹ ਹਾਥੀ, ਰਦ ਮਹਿਣੇ ਹੁੰਦਾ ਇਹ ਦੰਦ। ਹਾਥੀ ਦੇ ਦੋ ਦੰਦ ਹੁੰਦੇ ਨੇ, ਇਸ ਵਾਸਤੇ ਉਹਨੂੰ ਗੁਰੂ ਖਾਲਸਾ ਜੀ ਦੁਰਾਦ ਜਾਂ ਦੁਰਦ ਕਹਿੰਦੇ ਨੇ। ਤੇ ਜਾ ਮਹਿਣੇ ਜੰਮਿਆ, ਹਾਥੀ ਤੋਂ ਜੰਮਿਆ ਮੋਤੀ, ਕਿਉਂਕਿ ਗੁਰੂ ਖਾਲਸਾ ਜੀ ਕਈ ਇਹੋ ਜਿਹੇ ਹਾਥੀ ਹੁੰਦੇ ਨੇ ਉਹਨਾਂ ਦੇ ਮੱਥੇ ਦੇ ਵਿੱਚ ਮੋਤੀ ਹੁੰਦਾ ਹੈ, ਜਿਵੇਂ ਗ੍ਰੰਥਾਂ ਵਿੱਚ ਲਿਖਿਆ ਹੁੰਦਾ ਹੈ, ਬਨ ਬਨ ਮੈਂ ਚੰਦਨ ਨਹੀਂ ਗਜ ਗਜ ਮੋਤੀ ਨਾਹੀ। ਵੀ ਜੰਗਲਾਂ ਦੇ ਵਿੱਚ ਚੰਦਨ ਦਾ ਵਿਰਲਾ ਹੀ ਰੁੱਖ ਹੁੰਦਾ ਏ, ਬਹੁਤੇ ਨਹੀਂ ਹੁੰਦੀ। ਇਸੇ ਤਰੀਕੇ ਦੇ ਨਾਲ ਹਾਥੀਆਂ ਦੀਆਂ ਡਾਰਾਂ ਬੜੀਆਂ ਨੇ, ਪਰ ਜਿਹਦੇ ਮੱਥੇ ਵਿੱਚ ਹਾਥੀ ਹੁੰਦਾ ਏ ਉਹ ਵਿਰਲਾ ਹੀ ਹਾਥੀ ਹੁੰਦਾ ਏ। ਤੇ ਇਸੇ ਤਰ੍ਹਾਂ ਕਹਿੰਦੇ ਆ ਸੰਤ ਨਾ ਪੁਰਪੁਰ ਮਾਹੇ, ਸੰਤ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਨਹੀਂ ਤੁਰੇ ਫਿਰਦੇ, ਉਹਨਾਂ ਦੀਆਂ ਡਾਰਾਂ ਨਹੀਂ ਹੁੰਦੀਆਂ, ਕੋਈ ਵਿਰਲਾ ਹੀ ਸੰਤ ਹੁੰਦਾ ਏ ਕਿਸੇ ਕਿਸੇ ਪਿੰਡ ਦੇ ਵਿੱਚ। ਸੋ ਇਸ ਵਾਸਤੇ ਸਾਹਿਬ ਜੀ ਕਹਿੰਦੇ ਨੇ ਜਿਹੜੇ ਹਾਥੀ ਜਿਨ੍ਹਾਂ ਦੇ ਮੱਥੇ ਦੇ ਉੱਪਰ ਮੋਤੀ ਹੁੰਦੇ ਨੇ, ਤੋ ਐਸੇ ਮੋਤੀ ਤੇ ਐਸੀਆਂ ਸਮੂਹ ਮਣੀਆਂ, ਆਲਾ ਗੁਰੂ ਖਾਲਸਾ ਜੀ ਇੱਕ ਗਹਿਣੇ ਦਾ ਨਾਮ ਹੈ, ਉਹ ਗਹਿਣੇ ਵਿੱਚ ਲੱਗੀਆਂ ਹੋਈਆਂ ਨੇ। ਚੰਦਰ ਸੈਨ ਯਾਕੂਤ ਅਲਮਾਸੀ, ਚੰਦਰ ਸੈਨ ਇੱਕ ਗਹਿਣੇ ਦਾ ਨਾਮ ਹੈ ਤੇ ਯਾਕੂਤ ਗੁਰੂ ਖਾਲਸਾ ਜੀ ਇੱਕ ਕੀਮਤੀ ਮੋਤੀ ਦਾ ਨਾਮ ਹੈ ਜੋ ਚਾਰ ਰੰਗਾਂ ਦਾ ਹੁੰਦਾ ਏ, ਲਾਲ ਪੀਲਾ ਨੀਲਾ ਤੇ ਚਿੱਟਾ। ਇਹਦੇ ਵਿੱਚੋਂ ਚਾਰ ਰੰਗ ਨਿਕਲਦੇ ਨੇ ਉਹਨੂੰ ਕਹਿੰਦੇ ਨੇ ਜਾਕੂਤ। ਤੇ ਅਲਮਾਸੀ ਵੀ ਇੱਕ ਗੁਰੂ ਖਾਲਸਾ ਜੀ ਕੀਮਤੀ ਪੱਥਰ ਦਾ ਨਾਮ ਹੈ, ਹੀਰੇ ਦਾ ਨਾਮ ਹੈ। ਸੋ ਐਸੇ ਮਹਾਰਾਜ ਸਾਹਿਬ ਜੀ ਕਹਿੰਦੇ ਕੀਮਤੀ ਹੀਰੇ ਚੰਦਰ ਸੈਨ ਦੇ ਵਿੱਚ ਲੱਗੇ ਹੋਏ ਨੇ। ਪੋਖ ਰਾਜ ਪੰਨੇ ਬਹੁ ਰਾਸੀ, ਪੋਖ ਰਾਜ ਗੁਰੂ ਖਾਲਸਾ ਜੀ ਇੱਕ ਗਹਿਣੇ ਦਾ ਇੱਕ ਹੀਰੇ ਦਾ ਨਾਮ ਹੈ ਤੇ ਪੰਨੇ ਬਹੁਤੇ ਰਾਸੀ ਬਹੁਤੇ ਮੁੱਲ ਦੇ। ਸਤਿਗੁਰੂ ਸਾਹਿਬ ਜੀ ਕਹਿੰਦੇ ਚੰਦਰ ਸੈਨ ਗਹਿਣੇ ਵਿੱਚ ਲੱਗੇ ਨੇ। ਸੋਭਤ ਮਹਾਰਾਜ ਉਰ ਕੈਸੇ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਉਹ ਗਹਿਣੇ ਚੰਦਰਮੇ ਦੇ ਗਲੇ ਵਿੱਚ ਕਿਸ ਤਰੀਕੇ ਨਾਲ ਸ਼ੋਭਾ ਪਾ ਰਹੇ ਨੇ। ਜਿਨ ਨਵ ਜੜ ਜੜਾਵੇ ਉੱਡ ਗਏ ਸੀ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਾਣੋ ਵੀ ਅਸਮਾਨ ਦੇ ਵਿੱਚ ਜਿਹੜੇ ਤਾਰੇ ਨੇ ਉਹ ਵੀ ਠੀਕ ਤਰੀਕੇ ਦੇ ਨਾਲ ਉਹਨਾਂ ਦੀ ਜੜਤਾਕਾਰੀ ਨਹੀਂ ਹੋਈ, ਤੇ ਉਹ ਜਿਹੜੇ ਗਹਿਣੇ ਨੇ ਉਹਨਾਂ ਗਹਿਣਿਆਂ ਦੇ ਜਿਹੋ ਜਿਹੀ ਜੜਤਾਕਾਰੀ ਹੈ ਉਸ ਜੜਤਾਕਾਰੀ ਦੇ ਬਰਾਬਰ ਜਿਨ ਮਹਿਣੇ ਨਹੀਂ ਨਵ ਮਹਿਣੇ ਅਸਮਾਨ ਦੇ ਵਿੱਚ ਜਿਹੜਾ ਅਵਧਾਰਥ ਹੁੰਦਾ ਏ ਜੜਤਾਕਾਰੀ ਦੇ ਨਾਲ ਉੱਡ ਗਏ ਸੇ ਮਹਿਣੇ ਤਾਰੇ ਨਹੀਂ ਜੜੇ ਹੋਏ ਐਸੀ ਸ਼ੋਭਾ ਏ। ਭਾਵ ਕੀ ਤਾਰੇ ਵੀ ਉਹਨਾਂ ਗਹਿਣਿਆਂ ਦੇ ਤੁਲ ਨਹੀਂ। ਕੁੰਡਲ ਮਕਰਾ ਕਾਰ ਸੁਹਾਲਨ, ਸੁਹਾਲਨ ਮਹਿਣੇ ਸੋਭਦੇ ਪਏ ਨੇ। ਸੁਹਾਲਨ ਗੁਰੂ ਖਾਲਸਾ ਜੀ ਇਕੱਠਾ ਹੀ ਪਾਠ ਹੈ, ਦੂਸਰਾ ਪਾਠ ਸੁਹਾਲਨ ਅੱਡੋ ਅੱਡ ਵੀ ਹੈ। ਸਾਹਿਬ ਜੀ ਕਹਿੰਦੇ ਨੇ ਕੰਨਾਂ ਵਿੱਚ ਪਾਏ ਹੋਏ ਮੱਛ ਦੇ ਆਕਾਰ ਦੇ ਜਿਹੜੇ ਕੁੰਡਲ ਨੇ ਉਹ ਸ਼ੋਭਦੇ ਪਏ ਨੇ, ਜਾਂ ਸਾਹਿਬ ਜੀ ਕਹਿੰਦੇ ਨੇ ਸੋਹਲਨ ਉਹ ਹਿਲਦੇ ਪਏ ਨੇ। ਤੁਰ ਯਕਤਾ ਲਾਗੇ ਜੁਤ ਲਾਲਨ, ਦੁਰ ਮਹਿਣੇ ਹੁੰਦਾ ਏ ਮੋਤੀ, ਇੱਥੇ ਗੁਰੂ ਖਾਲਸਾ ਜੀ ਢੁਰ ਬਣਿਆ ਏ ਦੁਰ ਬਣਾ ਲੈਣਾ ਚਾਹੀਦਾ। ਸਾਹਿਬ ਜੀ ਕਹਿੰਦੇ ਨੇ ਉਹਨਾਂ ਵਿੱਚ ਲਸਾਨੀ ਮੋਤੀ ਲੱਗੇ ਹੋਏ ਨੇ ਲਾਲਾਂ ਦੀ ਸਮੇਤ। ਸੋਭ ਅਮੋਗ ਕਛ ਬਰਨ ਨਾ ਜਾਈ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਬਹੁਤੀ ਸ਼ੋਭਾ ਏ, ਕੁਝ ਵਰਣਨ ਨਹੀਂ ਕੀਤੀ ਜਾ ਸਕਦੀ। ਭੂਖਨ ਬਿਬਦ ਛਕੇ ਨਿਸਰਾਈ, ਭੂਖਨ ਨਾਨਾ ਪ੍ਰਕਾਰ ਦੇ ਗਹਿਣੇ ਨਿਸਰਾਈ ਚੰਦਰਮੇ ਦੇ ਸਰੀਰ ਦੇ ਉੱਪਰ ਛਕੇ ਕਹੀਏ ਸ਼ੋਭਦੇ ਪਏ ਨੇ। ਕਲਗੀ ਜਗਾ ਮੁਰਸਾ ਸਾਰਾ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜੀ ਕਲਗੀ ਲੱਗੀ ਹੈ ਤੇ ਨਾਲ ਜਗਾ ਏ ਤੇ ਉਹ ਸਾਰੀ ਹੀ ਮੁਰਸਾ ਮੈਨੇ ਜੜੀ ਹੋਈ ਹੈ, ਇਹਨੂੰ ਮੁਰਸਾ ਬੋਲਣਾ ਹੈ।
ਸਾਹਿਬ ਜੀ ਕਹਿੰਦੇ ਨੇ ਕਲਗੀ ਤੇ ਜਗ੍ਹਾ ਸਾਰੀ ਹੀ ਜੜੀ ਹੋਈ ਹੈ, ਜੜਤ ਜੜਾ ਵਲੂ ਨਗ ਭਾਰਾ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਲੂਲੂ ਤੇ ਨਾਗ ਨਗੀਨੇ ਜਿਹੜੇ ਭਾਰੀ ਨੇ, ਉਹਨਾਂ ਦੀ ਜੜਤਾਕਾਰੀ ਬਹੁਤ ਹੀ ਸੁੰਦਰ ਤਰੀਕੇ ਨਾਲ ਕੀਤੀ ਹੋਈ ਹੈ। ਲਾਲਨ ਕੇ ਸਿਰ ਫੂਲ ਮਯੰਕਾ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਲਾਲਾਂ ਦੇ ਬਣੇ ਹੋਏ ਸਿਰ ਫੂਲ ਗਹਿਣੇ ਮਯੰਕਾ ਚੰਦਰਮੇ ਦੇ ਸਿਰ ਉੱਪਰ ਸ਼ੋਭਦੇ ਪਏ ਨੇ। ਏਕ ਏਕ ਨਗ ਕੀਮਤ ਲੰਕਾ। ਮਹਾਰਾਜ ਸਾਹਿਬ ਜੀ ਕਹਿੰਦੇ ਸੂਈ ਸਬੂਲ ਗਹਿਣੇ ਵਿੱਚ ਜਿਹੜੇ ਨਗੀਨੇ ਮੋਤੀ ਲੱਗੇ ਹੈ ਨਾ, ਉਹਨਾਂ ਦੀ ਕੀਮਤ ਕਿੰਨੀ ਹੈ? ਇੱਕ ਇੱਕ ਨਗੀਨੇ ਦੀ ਕੀਮਤ ਲੰਕਾ ਜਿੰਨੀ ਹੈ। ਲੰਕਾ ਗੁਰੂ ਖਾਲਸਾ ਜੀ ਸਾਰੀ ਸੋਨੇ ਦੀ ਸੀ। ਇੱਕ ਇੱਕ ਮਹਾਰਾਜ ਸਾਹਿਬ ਜੀ ਕਹਿੰਦੇ ਨਗੀਨੇ ਦੀ ਕੀਮਤ, ਇੱਕ ਇੱਕ ਮੋਤੀ ਦੀ ਕੀਮਤ ਇੱਕ ਇੱਕ ਲੰਕਾ ਦੇ ਬਰਾਬਰ ਹੈ। ਭਾਂਤ ਭਾਂਤ ਭੂਖਣ ਧਨ ਰਾਜਤ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਂਤਾਂ ਭਾਂਤਾਂ ਦੇ ਜਿਹੜੇ ਗਹਿਣੇ ਨੇ ਉਹ ਚੰਦਰਮੇ ਦੇ ਤਨ ਸਰੀਰ ਦੇ ਉੱਪਰ ਰਾਜ ਦੇ ਪਏ ਨੇ। ਨਿਰਖ ਛਟਾ ਦਰਪ ਕੰਦਰਪ ਲਾਜਤ। ਅਤੇ ਸ਼ੋਭਾ ਨੂੰ ਵੇਖ ਕਰਕੇ, ਚਮਕ ਨੂੰ ਵੇਖ ਕਰਕੇ, ਕੰਦਰਪ ਮੈਨੇ ਕਾਮ ਦਾ ਦਰਪ ਕਹੀਏ, ਹੰਕਾਰ ਵੀ ਲਾਜਤ ਲੱਜਾ ਦੇ ਸਹਿਤ ਹੁੰਦਾ ਏ। ਭੂਖਣ ਕੋਟ ਕੋਟ ਮਨ ਗਣ ਕੇ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਅਰਬਾਂ ਦੀ ਗਿਣਤੀ ਵਿੱਚ ਗਹਿਣੇ, ਅਰਬਾਂ ਦੀ ਗਿਣਤੀ ਵਿੱਚ ਹੀ ਉਹਨਾਂ ਵਿੱਚ ਮਣੀਆਂ ਲਾਈਆਂ ਹੋਈਆਂ ਨੇ। ਵਰਨ ਨਾ ਜਾਹੇ ਸਹੰਸਰ ਫਨਨ ਕੇ। ਮਹਾਰਾਜ ਸਾਹਿਬ ਜੀ ਕਹਿੰਦੇ ਜੇ ਸ਼ੇਸ਼ਨਾਗ ਵੀ ਕਵੇ ਨਾ ਵੀ ਮੈਂ ਉਹਨਾਂ ਗਹਿਣਿਆਂ ਦੀ ਤੇ ਮੈਂ ਉਹਨਾਂ ਮਣੀਆਂ ਦੀ ਗਿਣਤੀ ਕਰ ਲਵਾਂ, ਉਹਨਾਂ ਦੇ ਨਾਮ ਹੀ ਗਿਣ ਲਵਾਂ, ਤੇ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸਵੇਤੰਬਰ ਅਰ ਸਵੇਤ ਉਪਰਨਾ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸਵੇਤੰਬਰ, ਸਵੇਤ ਅੰਬਰ, ਚਿੱਟੇ ਰੰਗ ਦੇ ਕੱਪੜੇ ਪਾਏ ਨੇ ਚੰਦਰਮੇ ਨੇ, ਤੇ ਚਿੱਟੇ ਹੀ ਰੰਗ ਦਾ ਜਿਹੜਾ ਪਰਨਾ ਏ ਉਹ ਮੋਢੇ ਦੇ ਉੱਪਰ ਰੱਖਿਆ ਏ। ਸਵੇਤੇ ਸਵੇਤੇ ਚੀਰ ਬਹੁ ਬਰਨਾ। ਸਿੰਗਲ ਦੇ ਲਿਹਾਜ ਨਾਲ ਤੇ ਪੁਰਾਤਨ ਬੀੜਾਂ ਵਿੱਚ ਇੱਥੇ ਸਵੇਤ ਸਵੇਤ ਪਾਠ ਹੀ ਲਿਖਿਆ ਮਿਲਦਾ ਏ। ਸਵੇਤ ਮੈਨੇ ਹੁੰਦਾ ਏ ਚਿੱਟੇ, ਤੇ ਚੀਰ ਮੈਨੇ ਕੱਪੜੇ ਨੇ, ਤੇ ਬਹੁ ਬਰਨਾ ਤੇ ਬਹੁਤੇ ਰੰਗਾਂ ਦੇ ਨੇ, ਬਹੁਤੇ ਚਿੱਟੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ ਚੰਦਰਮੇ ਨੇ। ਤੇ ਕਲ ਤਹੋਤ ਵਿਵਿਧ ਰਣ ਚੀਰੰ। ਤੇ ਸਵੇਤ ਹੀ ਇੱਥੇ ਪਾਠ ਹੈ, ਤੇ ਕਲ ਤਹੋਤ ਦਾ ਅਰਥ ਹੁੰਦਾ ਜੀ ਚਾਂਦੀ। ਸਾਹਿਬ ਜੀ ਕਹਿੰਦੇ ਨੇ ਚਾਂਦੀ ਵਰਗੇ ਚਿੱਟੇ ਕੱਪੜੇ, ਵਿਵਿਧ ਕਹੀਏ ਨਾਨਾ ਪ੍ਰਕਾਰ ਦੇ ਜੰਗ ਦੇ ਮੈਦਾਨ ਦੇ ਕੱਪੜੇ, ਜੰਗੀ ਕੱਪੜੇ ਚੰਦਰਮੇ ਨੇ ਪਹਿਨਣਾ ਕੀਤੇ ਨੇ। ਲੱਗੇ ਸੁਭਗ ਮੁਕਤਾ ਪੁਨ ਹੀਰੰ। ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਵਿੱਚ ਸ਼ੋਭਨੀਕ ਮੋਤੀ ਤੇ ਹੀਰੇ ਲੱਗੇ ਹੋਏ ਨੇ। ਫੇਰ ਬਿਸਨ ਪਦ ਸਾਰੰਗ ਛੱਕੇ ਅੰਗ ਅੰਗ ਭੂਖਨ ਬਸਨਾ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਚੰਦਰਮੇ ਦੇ ਅੰਗ ਅੰਗ ਦੇ ਉੱਪਰ ਬਹੁਤੇ ਸੁੰਦਰ ਗਹਿਣੇ ਤੇ ਕੱਪੜੇ ਜਿਹੜੇ ਨੇ ਛੱਕੇ ਸ਼ੋਭਦੇ ਪਏ ਨੇ। ਕਹਿ ਨਾ ਸਕਤ ਲੱਜਤ ਮਮ ਰਸਨਾ। ਮਹਾਰਾਜ ਸਾਹਿਬ ਜੀ ਕਹਿੰਦੇ ਏਡੀ ਵਡਿਆਈ ਹੈ, ਉਹ ਵਡਿਆਈ ਮੈਂ ਵੀ ਨਹੀਂ ਕਹਿ ਸਕਦਾ। ਜੇ ਮੈਂ ਕਵਾਂ ਤੇ ਮੇਰੀ ਵੀ ਜ਼ਬਾਨ ਲੱਜਾ ਦੀ ਸਹਿਤ ਹੁੰਦੀ ਹੈ। ਖੁਦ ਸਤਨਾਮ ਸ਼੍ਰੀ ਵਾਹਿਗੁਰੂ। ਕਿੰਨੀ ਨਿਮਰਤਾ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਇੱਥੇ ਦਰਸਾ ਰਹੇ ਨੇ। ਜਾਂ ਤੇ ਕਥਾ ਸੰਖੇਪ ਨਿਵਾਰੀ। ਇਸ ਵਾਸਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਮੈਂ ਕਥਾ ਸੰਖੇਪ ਸ਼ਬਦਾਂ ਦੇ ਵਿੱਚ ਹੀ ਕਹਿ ਕੇ ਛੱਡ ਦਿੱਤੀ ਹੈ। ਭੁੱਲ ਪਈ ਜਹ ਲਿਹੋ ਸੁਧਾਰੀ। ਭੁੱਲ ਪਈ ਜਹ, ਜਿੱਥੇ ਕੋਈ ਗਲਤੀ ਹੋ ਗਈ ਹੋਵੇ ਉੱਥੇ ਕਵੀ ਜਨੋ ਠੀਕ ਕਰ ਲਿਓ। ਇਹ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਿਮਰਤਾ ਹੈ, ਜਿੱਥੇ ਕੋਈ ਅੱਖਰ ਦਾ ਵਾਧਾ ਘਾਟਾ ਹੋ ਗਿਆ ਹੋਵੇ ਉਹਨੂੰ ਠੀਕ ਕਰ ਲਿਓ। ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਇਹ ਸੁੱਧ ਸੁੱਧ ਕੀਚੇ, ਇਹ ਬਾਣੀ ਅਸਾਂ ਨੇ ਸੁੱਧ ਕਰ ਦਿੱਤੀ ਹੈ। ਇਹਦੇ ਵਿੱਚ ਕੋਈ ਸ਼ੰਕਾ ਨਹੀਂ ਹੈ, ਕਿਸੇ ਨੂੰ ਵੀ ਕੋਈ ਪੈਨ ਕਲਮ ਚੁੱਕਣ ਦਾ ਹੱਕ ਨਹੀਂ ਹੈ, ਇਹ ਬਿਲਕੁਲ ਦਰੁਸਤ ਹੈ। ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਤੇ ਕਿਤੇ ਖੁੱਲ੍ਹ ਦਿੱਤੀ ਹੈ। ਭੂਲ ਪਈ ਜਹ ਲਿਹੋ ਸੁਧਾਰੀ, ਜਿਵੇਂ ਰਹਿ ਰਾਸ ਵਿੱਚ ਵੀ ਪੜ੍ਹਦੇ ਹੈ ਤੇ ਹੋਰ ਵੀ ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ ਕਈ ਥਾਵਾਂ ਦੇ ਉੱਪਰ ਮਹਾਰਾਜ ਨੇ ਲਿਖਿਆ ਹੈ ਵੀ ਜਿੱਥੇ ਕੋਈ ਚੂਕ ਹੋ ਗਈ ਹੋਵੇ ਤੇ ਉੱਥੋਂ ਕਵੀ ਜਨੋ ਠੀਕ ਕਰ ਲਏ। ਸੰਪਰਦਾ ਦੇ ਵਿੱਚ ਇਹ ਮਰਿਆਦਾ ਹੈ, ਪਿੰਡਰਾਂ ਵਾਲੀ ਸੰਪਰਦਾ ਦੇ ਵਿੱਚ ਵੀ, ਪੰਥ ਵਿੱਚ ਵੀ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਦੇ ਉੱਪਰ ਕੋਈ ਕਲਮ ਨਹੀਂ ਚੁੱਕ ਸਕਦਾ।
ਕਿਸੇ ਨੂੰ ਹੱਕ ਨਹੀਂ ਹੈ, ਕਿਉਂਕਿ ਸਾਹਿਬ ਜੀ ਨੇ ਹੱਕ ਦਿੱਤਾ ਹੀ ਨਹੀਂ, ਕਿਹਾ ਇਹ ਸ਼ੁੱਧ ਸ਼ੁੱਧ ਕੀਚੇ, ਉੱਥੇ ਕਿਸੇ ਨੂੰ ਕੋਈ ਹੱਕ ਨਹੀਂ ਹੈ। ਦਸਮ ਦੀ ਪੋਥੀ ਵਿੱਚ ਜੇ ਕਿਤੇ ਕੋਈ ਅੱਖਰ ਗਲਤ ਹੋਵੇ ਪ੍ਰਿੰਟਕ ਪ੍ਰੈਸ ਦੁਆਰਾ ਜਾਂ ਕੋਈ ਪਾਠ ਭੇਦ ਹੋਵੇ ਤਾਂ ਅਰਦਾਸ ਕਰਕੇ ਤੇ ਫਿਰ ਉਹ ਗੁਰੂ ਖਾਲਸਾ ਜੀ ਅੱਖਰ ਠੀਕ ਕਰ ਲਿਆ ਜਾਂਦਾ, ਕਿਉਂਕਿ ਸਾਹਿਬ ਜੀ ਨੇ ਇਹ ਖੁੱਲ ਦਿੱਤੀ ਹੋਈ ਹੈ। ਆਦਿ ਦੀ ਪੋਥੀ ਦੇ ਉੱਪਰ ਨਾ ਕੋਈ ਵਿਸ਼ਰਾਮ ਤੇ ਨਾ ਕੋਈ ਪਾਠ ਲਿਖਿਆ ਜਾਂਦਾ, ਦਸਮ ਦੀ ਪੋਥੀ ਦੇ ਉੱਪਰ ਗੁਰੂ ਖਾਲਸਾ ਜੀ, ਇਸ ਕਰਕੇ ਕੋਈ ਵਿਸ਼ਰਾਮ ਵਗੈਰਾ ਜਾਂ ਕੁਝ ਅਰਥ ਜਾਂ ਕੋਈ ਪਾਠ ਠੀਕ ਕਰਨਾ ਇਹ ਗੁਰੂ ਖਾਲਸਾ ਜੀ ਆਮ ਪੰਥ ਦੇ ਵਿੱਚ ਰਵਾਇਤ ਚੱਲਦੀ ਹੈ। ਸੋ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨਿਮਰਤਾ ਵਾਸ ਹੋ ਕੇ ਕਹਿੰਦੇ ਨੇ, ਉਂਜ ਤੇ ਕਲਗੀਧਰ ਪਾਤਸ਼ਾਹ ਜੀ ਦਾ ਵਰਗਾ ਦੁਨੀਆਂ ਦੇ ਉੱਪਰ ਕਿਹੜਾ ਕਵੀ ਹੈ ਜਿਹੜਾ ਸਾਹਿਬ ਜੀ ਦੀ ਬਾਣੀ ਦੇ ਉੱਪਰ ਕੋਈ ਤਰਕ ਵਤਰਕ ਕਰ ਸਕੇ। ਸੋ ਸਾਹਿਬ ਜੀ ਕਹਿੰਦੇ ਜਿੱਥੇ ਕੋਈ ਭੁੱਲ ਹੋ ਗਈ ਹੋਵੇ ਉਹਨੂੰ ਠੀਕ ਕਰ ਲੈਣਾ ਕਰਿਓ। ਆਸ ਨਾਸ ਹਿਤ ਚੜੇ ਨਸੇਸਾ, ਅਸੁਰ ਨਾਸ ਹਿਤ, ਅਸੁਰ ਦੰਤਾਂ ਦਾ ਨਾਸ਼ ਕਰਨ ਵਾਸਤੇ ਚੜੇ ਹਨ ਚੰਦਰਮਾ ਜੀ, ਚੜਾਈ ਕੀਤੀ ਹੈ ਜੰਗ ਦੇ ਮੈਦਾਨ ਨੂੰ। ਅੰਗ ਅੰਗ ਭੁੱਖਨ ਬਹੁ ਵੇਸਾ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਅੰਗਾਂ ਪ੍ਰਤੰਗਾਂ ਦੇ ਉੱਪਰ ਗਹਿਣੇ ਪਾਏ ਨੇ ਅਤੇ ਬਹੁਤਾ ਹੀ ਸੋਹਣਾ ਲਿਬਾਸ ਬਣਾਇਆ ਏ। ਸਾਜ ਸਾਜ ਬਹੁ ਵਿਭਿਦ ਮਯੰਕਾ, ਵਿਭਿਦ ਕਹੀਏ ਅਨੇਕਾਂ ਤਰੀਕਿਆਂ ਦੇ ਨਾਲ ਮਯੰਕਾ ਚੰਦਰਮਾ ਸਜ ਸਜ ਕੇ, ਜਿਵੇਂ ਰਘੁਨਾਥ ਚੜੇ ਹਿਤ ਲੰਕਾ, ਜਿਵੇਂ ਰਾਮ ਜੀ ਲੰਕਾ ਨੂੰ ਜੰਗ ਕਰਨ ਵਾਸਤੇ ਚੜੇ ਸਨ ਇਸ ਤਰੀਕੇ ਨਾਲ ਚੰਦਰਮਾ ਨੇ ਚੜਾਈ ਕੀਤੀ। ਸ਼ਸਤਰ ਅਸਤਰ ਬਹੁ ਵਿਧ ਪ੍ਰਭੂ ਧਾਰੇ, ਪ੍ਰਭੂ ਨੇ ਬਹੁਤੇ ਤਰੀਕਿਆਂ ਨਾਲ ਸ਼ਸਤਰ ਤੇ ਅਸਤਰ ਧਾਰਨਾ ਕੀਤੀ। ਇੱਥੇ ਪ੍ਰਭ ਪਾਠ ਹੈ, ਭੱਬੇ ਨੂੰ ਇੱਕ ਹੀ ਔਂਕੜ ਹੈ। ਕੋਟ ਕੋਟ ਆਯੁਧ ਮਨਿਆਰੇ, ਅਤੇ ਕਰੋੜਾਂ ਦੀ ਗਿਣਤੀ ਵਿੱਚ ਆਯੁਧ ਸ਼ਸਤਰ ਮਣੀਆਂ ਵਾਲੇ ਧਾਰਨ ਕੀਤੇ ਨੇ। ਪ੍ਰਿਥਕ ਪ੍ਰਿਥਕ ਤੇ ਨਾਮ ਸੁਣਾਓ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਵੀ ਉਹਨਾਂ ਸ਼ਸਤਰਾਂ ਦੇ ਮੈਂ ਵੱਖੋ ਵੱਖਰੇ ਤੁਹਾਨੂੰ ਨਾਮ ਸੁਣਾਉਣਾ ਹਾਂ। ਤਾਂ ਤੇ ਕਵਜਨ ਸਕਲ ਰਜਾਉਂ, ਅਤੇ ਇਸ ਤਰੀਕੇ ਦੇ ਨਾਲ ਜਿੰਨੇ ਵੀ ਕਵੀ ਨੇ ਉਹਨਾਂ ਦੇ ਮਨ ਨੂੰ ਮੈਂ ਖੁਸ਼ੀ ਦੇਵਾਂਗਾ। ਕਿਉਂਕਿ ਜਦੋਂ ਮਹਾਰਾਜ ਸਾਹਿਬ ਜੀ ਅੱਗੇ ਕਵਿਤਾ ਨੂੰ ਅਲੰਕਾਰਾਂ ਵਿੱਚ ਲਿਖਦੇ ਨੇ ਤਾਂ ਕਵੀਆਂ ਨੂੰ ਸੁਣ ਕਰਕੇ ਮਨ ਵਿੱਚ ਬੜੀ ਖੁਸ਼ੀ ਹੁੰਦੀ ਹੈ। ਤੂੰ ਕਸੇ ਕਰ ਚਾਂਪ ਬਿਰਾਜਤ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪੱਥੇ ਕੱਸੇ ਹੋਏ ਨੇ ਤੇ ਹੱਥਾਂ ਦੇ ਵਿੱਚ ਧਨਖ ਵਰਾਜਦੇ ਪਏ ਨੇ। ਨਿਰਖ ਛਟਾ ਦਾਮਨ ਦੁੱਤ ਲਾਜਤ, ਅਤੇ ਜਿਸ ਦੀ ਸ਼ੋਭਾ ਨੂੰ ਵੇਖ ਕਰਕੇ ਬਿਜਲੀ ਦੀ ਸ਼ੋਭਾ ਵੀ ਲੱਜਾ ਦੇ ਸਹਿਤ ਹੁੰਦੀ ਹੈ। ਮਨ ਮੁਕਤਾ ਮਾਨਕ ਸਾਇਕ ਮਹਿ, ਸਾਇਕ ਤੀਰਾਂ ਦੇ ਵਿੱਚ ਮਣੀਆਂ ਮੋਤੀ ਤੇ ਮਾਨਕ ਲੱਗੇ ਹੋਏ ਨੇ। ਲੱਗੇ ਰੁਚਿਤ ਖਚਿਤ ਸੋਭਤ ਤਹਿ, ਸਾਹਿਬ ਜੀ ਕਹਿੰਦੇ ਨੇ ਸੁੰਦਰ ਲੱਗੇ ਹੋਏ ਨੇ ਅਤੇ ਬਹੁਤ ਸੋਭਦੇ ਪਏ ਨੇ, ਖਚਿਤ ਜੜੇ ਹੋਏ ਤੈ ਉਹਨਾਂ ਸ਼ਸਤਰਾਂ ਵਿੱਚ। ਪੰਛੀ ਪਰੀ ਸਪਛ ਮਾਇਆਵੀ, ਅਤੇ ਪੰਛੀਆਂ ਵਰਗੇ ਤੇਜ ਉੱਡਣ ਵਾਲੇ, ਪਰੀਆਂ ਵਰਗੇ ਉੱਜਲ ਖੰਭਾਂ ਦੇ ਸਹਿਤ ਨੇ ਮਾਇਆਵੀ ਤੀਰ। ਰੂਪ ਅਨੇਕ ਧਰੇ ਤਬ ਮਾਵੀ, ਅਤੇ ਸਾਹਿਬ ਜੀ ਕਹਿੰਦੇ ਨੇ ਅਨੇਕਾਂ ਹੀ ਰੂਪ ਤਦੋਂ ਤੀਰਾਂ ਨੇ ਧਾਰਨ ਕੀਤੇ ਨੇ ਜਿਹੜੇ ਮਾਵੀ ਸਾਰਿਆਂ ਨੂੰ ਛਲ ਲੈਂਦੇ ਨੇ। ਇੱਕ ਇੱਕ ਸਰ ਕੋਟ ਅਸੰਖਾ, ਇੱਕ ਇੱਕ ਤੀਰ ਨੇ ਅਸੰਖਾ ਹੀ ਰੂਪ ਧਾਰਨ ਕੀਤੇ ਨੇ। ਵੈ ਵੈ ਮੂਰਤ ਵੰਤ ਬਿਸੰਖਾ, ਬਿਸੰਖਾ ਕਹੀਏ ਬੇਗਿਣਤੀ ਮੂਰਤਾਂ ਵਾਲੇ ਹੋਏ ਹਨ ਉਹ ਤੀਰ। ਚੰਦਰਬਾਨ ਆਦਿਕ ਸਰ ਨਾਨਾ, ਹਾਂ ਚੰਦਰਮੇ ਦੇ ਆਕਾਰ ਦੇ ਅਰਧ ਚੰਦਰਮਾ ਆਕਾਰ ਦੇ ਤੀਰ ਨੇ, ਉਹਨਾਂ ਨੂੰ ਚੰਦਰਬਾਨ ਕਹਿੰਦੇ ਨੇ, ਅਤੇ ਨਾਨਾ ਪ੍ਰਕਾਰ ਦੇ ਹੋਰ ਵੀ ਤੀਰ ਨੇ। ਸੋਹਤ ਤੂਣ ਮਾਹੇ ਪ੍ਰਧਾਨਾ, ਹਾਂ ਚੰਦਰਮੇ ਦੇ ਧਨਖ ਦੇ ਵਿੱਚ ਹੋਰ ਵੀ ਤੀਰ ਸ਼ੋਭਦੇ ਹਨ ਪੱਥੇ ਦੇ ਵਿੱਚ। ਬਲਮ ਸਾਂਗ ਸੇਲ ਆਸ ਢਾਰਾ, ਬਲਮ ਬਰਸ਼ੀ ਤੇ ਸਾਂਗ ਬਰਸ਼ੀ ਦਾ ਹੀ ਨਾਮ ਹੈ, ਜਿਹੜੀ ਸਾਰੀ ਲੋਹੇ ਦੀ ਬਣੀ ਹੋਵੇ, ਸੇਲ ਗੁਰੂ ਖਾਲਸਾ ਜੀ ਬਰਸ਼ੇ ਨੂੰ ਕਹਿੰਦੇ ਨੇ। ਆਸ ਕਿਰਪਾਨ ਤੇ ਢਾਰਾ ਢਾਲ, ਬਾਣ ਬਨੈਤੀ ਸੂਲ ਦੋ ਧਾਰਾ, ਬਾਣ ਗੁਰੂ ਖਾਲਸਾ ਜੀ ਤੀਰਾਂ ਦਾ ਨਾਮ ਹੈ ਤੇ ਬਨੈਤੀ ਦਾ ਅਰਥ ਹੁੰਦਾ ਏ ਸੁੰਦਰ, ਤੇ ਬਨੈਤੀ ਦਾ ਅਰਥ ਬਣੇ ਤਨੇ ਵੀ ਹੁੰਦਾ ਏ, ਤੇ ਮਰਹੱਟੀ ਗੁਰੂ ਖਾਲਸਾ ਜੀ ਸ਼ਸਤਰ ਨੂੰ ਵੀ ਬਨੈਤੀ ਕਹਿ ਦਿੰਦੇ ਨੇ, ਤੇ ਸੂਲ ਨਾਮ ਸੂਏ ਦਾ ਏ, ਤੇ ਦੁਧਾਰਾ ਖੰਡੇ ਨੂੰ ਕਹਿੰਦੇ ਨੇ। ਖੰਜਰ ਬਾਂਕ ਬਿਛੂਆ ਖਗ ਖੰਡਾ, ਤੇ ਖੰਜਰ ਬਾਂਕ ਬਾਗ ਨੂੰ ਕਹਿੰਦੇ ਨੇ ਬਿਛੂਆ, ਖਗ ਨਾਮ ਖੰਡੇ ਦਾ ਏ,
ਇਹ ਖੰਡਾ ਗੁਰੂ ਖਾਲਸਾ ਜੀ ਅੱਗੇ ਮਹਾਰਾਜ ਨੇ ਲਿਖ ਹੀ ਦਿੱਤਾ ਏ ਸਾਇਕ ਧਨੁਸ ਚੱਕਰ ਪ੍ਰਚੰਡਾ ਸਾਇਕ ਤੀਰ ਧਨੁਸ ਧਨਖ ਤੇ ਪ੍ਰਚੰਡਾ ਤਿੱਖੇ ਪ੍ਰਤਾਪ ਵਾਲਾ ਚੱਕਰ ਸਹਿਥੀ ਮੂਸਲ ਬਾਣ ਪਿਆਵਨ ਸਹਿਥੀ ਬਰਸ਼ੀ ਨੂੰ ਕਹਿੰਦੇ ਨੇ ਮੂਸਲ ਨਾਮ ਘੋਟਨੇ ਦਾ ਏ ਤੇ ਪਿਆਵਨ ਨਾਮ ਡਰਾਉਣੇ ਬਾਣ ਤੀਰ ਗੋਫਨ ਗੁਰਜ ਗਦਾ ਸਮਰਾਵਨ ਤੇ ਸਾਹਿਬ ਜੀ ਕਹਿੰਦੇ ਨੇ ਗੋਪੀਆ ਗੁਰਜ ਤੇ ਗਦਾ ਤੇ ਰਾਵਣ ਦੇ ਸ਼ਸਤਰਾਂ ਵਰਗੇ ਨੇ ਸਮ ਰਾਵਣ ਜਿਹੋ ਜੇ ਰਾਵਣ ਦੇ ਕੋਲ ਸ਼ਸਤਰ ਸਨ ਜਿਨ੍ਹਾਂ ਸ਼ਸਤਰਾਂ ਦੇ ਨਾਲ ਰਾਵਣ ਨੇ ਰਾਮ ਚੰਦਰ ਦੀ ਪੇਸ਼ ਨਹੀਂ ਸੀ ਚੱਲਣ ਦਿੱਤੀ ਤੇ ਇਹੋ ਜਿਹੇ ਸੋਹਣੇ ਸ਼ਸਤਰ ਹਨ ਤੇ ਦੂਜਾ ਗੁਰੂ ਖਾਲਸਾ ਜੀ ਸਮਰਾਵਣ ਪਾਠ ਇਕੱਠਾ ਵੀ ਕਰਦੇ ਨੇ ਤੇ ਸੰਧੀ ਕਰਦੇ ਨੇ ਸਮਰੇ ਆਵਨ ਗੋਪੀਆ ਗੁਰਜ ਗਦਾ ਆਦਿਕ ਸ਼ਸਤਰ ਲੈ ਕਰਕੇ ਸਮਰ ਜੰਗ ਦੇ ਮੈਦਾਨ ਵਿੱਚ ਆਵਣ ਕਹੀਏ ਆਉਣ ਵਾਲੇ ਨੇ ਇਹੋ ਜਿਹੇ ਸ਼ਸਤਰ ਇਹੋ ਜਿਹੇ ਸੂਰਮੇ ਹਨ ਜਾਂ ਇਹੋ ਜਿਹੇ ਚੰਦਰਮਾ ਹਨ ਸਮਦਰ ਜਬਰ ਖੁਦੰਗ ਕਟਾਰਾ ਜਮਦਰ ਗੁਰੂ ਖਾਲਸਾ ਜੀ ਸ਼ਸਤਰ ਦਾ ਨਾਮ ਹੈ ਇੱਥੇ ਪਾਠ ਸੁਧਾਰ ਲੈਣਾ ਜਮਦਰ ਜਬਰ ਮੈਨੇ ਭਾਰੀ ਖਦੰਗ ਤੀਰ ਤੇ ਕਟਾਰ ਬਰਸ਼ੀ ਸੂਆ ਸੈਫ ਕਲ ਦਾੜਾ ਕਲ ਦਾੜਾ ਕਟਾਰ ਦਾ ਨਾਮ ਹੈ ਸੈਫ ਕਿਰਪਾਨ ਨੂੰ ਕਹਿੰਦੇ ਨੇ ਤੇ ਸੂਆ ਤੇ ਬਰਸ਼ੀ ਗੜਾ ਬਾਣ ਗੜੀਆ ਅਸ ਚੱਕਰ ਤੇ ਗੜਾ ਬਾਣ ਇਹ ਵੀ ਗੁਰੂ ਖਾਲਸਾ ਜੀ ਸ਼ਸਤਰਾਂ ਦਾ ਨਾਮ ਹੈ ਗੜਾ ਬਾਣ ਇੱਕ ਇਹੋ ਜਿਹਾ ਸ਼ਸਤਰ ਹੈ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਗੁਰੂ ਖਾਲਸਾ ਜੀ ਗੜੇ ਭਰਾ ਦਿੰਦਾ ਹੈ ਉਹਨੂੰ ਗੜਾ ਬਾਣ ਕਹਿੰਦੇ ਨੇ ਤੇ ਇਸੇ ਤਰ੍ਹਾਂ ਗੜਾ ਗੁਰੂ ਖਾਲਸਾ ਜੀ ਬਰਸ਼ੇ ਦਾ ਨਾਮ ਵੀ ਲਿਖਿਆ ਹੈ ਤੇ ਗੜੀਆ ਇੱਕ ਸ਼ਸਤਰ ਦਾ ਨਾਮ ਹੈ ਅਸ ਗੁਰੂ ਖਾਲਸਾ ਜੀ ਕਿਰਪਾਨ ਨੂੰ ਖੰਡੇ ਨੂੰ ਕਹਿੰਦੇ ਨੇ ਤੇ ਚੱਕਰ ਗੁਰੂ ਖਾਲਸਾ ਜੀ ਸੁਦਰਸ਼ਨ ਚੱਕਰ ਦਾ ਨਾਮ ਹੈ ਪਰਸਾ ਤਵਰ ਨਾਵਕ ਬਾਰ ਅਤੇ ਪਰਸਾ ਗੁਰੂ ਖਾਲਸਾ ਜੀ ਕੁਹਾੜੇ ਨੂੰ ਕਹਿੰਦੇ ਨੇ ਤੇ ਤਵਰ ਵੀ ਕੁਹਾੜੇ ਦਾ ਨਾਮ ਹੈ ਤੇ ਨਦ ਗੁਰੂ ਖਾਲਸਾ ਜੀ ਬਰਸ਼ੇ ਦਾ ਨਾਮ ਹੈ ਨਾਵਕ ਤੀਰ ਤੇ ਬਰ ਸ੍ਰੇਸ਼ਟ ਤੇਗ ਕੁਠਾਰ ਨਾ ਚੁਖ ਮਨਿਆਰਾ ਤੇਗ ਕੁਠਾਰ ਕੁਹਾੜਾ ਨਾਸ਼ੁਕ ਤੀਰ ਮਨਿਆਰਾ ਮਨੀਆਂ ਵਾਲੇ ਵਿਵਿਦ ਫੁਲਾਦਨ ਅਸਤਰ ਅਪਾਰਾ ਵਿਵਿਦ ਨਾਨਾ ਪ੍ਰਕਾਰ ਦੇ ਫੁਲਾਦੀ ਅਸਤਰ ਨੇ ਅਪਾਰਾ ਬੇਅੰਤ ਹੀ ਮਨ ਜੋਤ ਸਸਤਰ ਅਸਤਰ ਕਸ ਦਮਕੈ ਸਾਹਿਬ ਜੀ ਕਹਿੰਦੇ ਨੇ ਮਣੀਆਂ ਦੇ ਸਮੇਤ ਜੜੇ ਹੋਏ ਸ਼ਸਤਰ ਤੇ ਅਸਤਰ ਕਸ ਕਿਸ ਤਰੀਕੇ ਨਾਲ ਦਮਕਾ ਚਮਕਦੇ ਪਏ ਨੇ ਜਿਮ ਸਮ ਮੰਡਲ ਮੰਗਲ ਚਮਕੈ ਜਿਸ ਤਰੀਕੇ ਦੇ ਨਾਲ ਸੱਸ ਮੰਡਲ ਚੰਦਰਮੇ ਦੇ ਮੰਡਲ ਦੇ ਵਿੱਚ ਮੰਗਲ ਗ੍ਰਹਿ ਇਤਿਆਦਿਕ ਤਾਰੇ ਚਮਕਦੇ ਨੇ ਆਕਾਸ਼ ਦੇ ਵਿੱਚ ਪੰਨਨ ਕੇ ਫਟਕੈ ਬਹੁ ਬੰਧਨ ਤੇ ਫਟਕੈ ਨਾਮ ਕੱਸੇ ਹੋਏ ਨੇ ਪੰਨਿਆਂ ਦੇ ਨਾਲ ਮੜੇ ਹੋਏ ਨੇ ਤੇ ਬਹੁ ਬੰਧਨ ਫਟਕੈ ਗੁਰੂ ਖਾਲਸਾ ਜੀ ਕਮਰ ਕੱਸਿਆਂ ਦਾ ਨਾਮ ਵੀ ਹੈ ਸਾਹਿਬ ਜੀ ਕਹਿੰਦੇ ਨੇ ਜਿਹੜੇ ਕਮਰ ਕੱਸੇ ਲਾਏ ਨੇ ਉਹ ਬਹੁਤੇ ਪੇਚਦਾਰ ਨੇ ਤੇ ਉਹਨਾਂ ਵਿੱਚ ਬਹੁਤੇ ਪੰਨੇ ਲੱਗੇ ਨੇ ਦੁਰਜਗਤਾ ਕੇ ਸੰਕਰ ਬੰਧਨ ਹਾਂ ਲਸਾਨੀ ਮੋਤੀਆਂ ਦੇ ਨਾਲ ਉਹਨਾਂ ਦੇ ਬੰਧਨ ਕਹੀਏ ਗੰਢਾਂ ਉਹ ਸੰਕਰ ਮੈਨੇ ਮਿਲੀਆਂ ਹੋਈਆਂ ਨੇ ਕਮਰ ਕੱਸਿਆਂ ਦੀਆਂ ਜਿਹੜੀਆਂ ਗੰਢਾਂ ਦਿੱਤੀਆਂ ਹੋਈਆਂ ਨੇ ਤੇ ਉਹਦੇ ਨਾਲ ਲਸਾਨੀ ਮੋਤੀ ਲੱਗੇ ਹੋਏ ਨੇ ਲਾਲਨ ਕੇ ਸਰ ਦਸਤੇ ਸਾਰੇ ਸਾਹਿਬ ਜੀ ਕਹਿੰਦੇ ਨੇ ਤੀਰਾਂ ਦੇ ਜਿਹੜੇ ਦਸਤੇ ਨੇ ਉਹਨਾਂ ਦੇ ਉੱਪਰ ਲਾਲ ਲੱਗੇ ਹੋਏ ਨੇ ਲਾਲਾਂ ਦੇ ਨਾਲ ਸਾਰੇ ਕਹੀਏ ਉਹ ਸਾਰੇ ਹੋਏ ਨੇ ਬਣਾਏ ਹੋਏ ਨੇ ਕਬਜਾ ਮੂਠ ਰਤਨ ਖਚ ਡਾਰੇ ਇਹ ਕਬਜੇ ਤੇ ਮੁੱਠਾਂ ਜਿਹੜੀਆਂ ਨੇ ਸ਼ਸਤਰਾਂ ਦੀਆਂ ਉਹ ਸਾਰੀਆਂ ਰਤਨਾਂ ਦੇ ਨਾਲ ਖਚ ਕਹੀਏ ਜੜ ਕੇ ਡਾਰੇ ਕਹੀਏ ਸੁੱਟੀਆਂ ਹੋਈਆਂ ਨੇ ਵਿਸ਼ਨ ਪਦ ਸਾਰੰਗ ਹੀਰਨ ਕੀ ਸਹਿਥੀ ਸੋ ਕਟਾਰੀ ਸਾਹਿਬ ਜੀ ਕਹਿੰਦੇ ਨੇ ਹੀਰਿਆਂ ਦੇ ਨਾਲ ਜੜੀ ਹੋਈ ਬਰਸ਼ੀ ਆ ਤੇ ਕਟਾਰ ਹੈ ਦਸਤੇ ਬਿਬਦ ਮਨਨ ਕੀ ਸਾਰੀ ਦਸਤੇ ਕਹੀਏ ਮੁੱਠਾਂ ਬਿਬਦ ਕਹੀਏ ਨਾਨਾ ਪ੍ਰਕਾਰ ਦੀਆਂ ਮਣੀਆਂ ਦੇ ਨਾਲ ਸਾਰੀ ਕਹੀਏ ਬਣਾਈਆਂ ਹੋਈਆਂ ਨੇ ਬੱਲਮ ਕਹਿ ਕਬਜੇ ਇਲਮਾਸੀ ਬੱਲਮ ਮੈਨੇ ਬਰਸ਼ੀਆਂ ਦੇ ਜਿਹੜੇ ਕਬਜੇ ਨੇ ਉਹਨਾਂ ਵਿੱਚ ਇਲਮਾਸੀ ਲਸਾਨੀ ਮੋਤੀ ਲੱਗੇ ਨੇ ਰਤਨ ਖਚਤ ਸ਼ਸਤਰਨ ਚਪਲਾਸੀ ਚਪਲਾਸੀ ਚਪਲਾ ਕਹੀਏ ਬਿਜਲੀ ਸੀ ਕਹੀਏ ਵਾਂਗ ਰਤਨਾ ਦੇ ਨਾਲ ਜੜੇ ਹੋਏ ਨੇ ਸ਼ਸਤਰ ਬਿਜਲੀ ਵਰਗੇ ਲਾਲ ਜਮੁਰਦ ਨੀਲ ਮਨ ਤਾਰੇ ਅਤੇ ਲਾਲ ਜਮੁਰਦ ਨੀਲ ਤੇ ਮਨ ਨਾਮ ਮਣੀਆਂ ਦਾ ਏ ਤੇ ਭਾਰੇ ਨਾਮ ਭਾਰੀ ਮਣੀਆਂ ਫਨ ਮਨ ਖਚਤ ਲੂਲੂ ਸਹਿਵਾਰੇ ਫਨ ਮਨ ਸੱਪਾਂ ਦੀ ਸ਼ੇਸ਼ ਨਾਗ ਦੀ ਮਣੀਆਂ ਖਚਤ ਮੈਨੇ ਜੜੀਆਂ ਹੋਈਆਂ ਨੇ ਤੇ ਲੂਲੂ ਮੈਨੇ ਮੋਤੀ ਤੇ ਸਹਿਵਾਰੇ ਦਾ ਅਰਥ ਹੁੰਦਾ ਏ ਬਾਦਸ਼ਾਹ ਜਿਹੜੇ ਮੋਤੀਆਂ ਦੇ ਬਾਦਸ਼ਾਹ ਨੇ ਨਾ
ਐਸੇ ਮੋਤੀ ਜਿਹੜੇ ਨੇ ਉਹ ਨਾ ਸ਼ਸਤਰਾਂ ਵਿਚ ਲੱਗੇ ਹੋਏ ਨੇ ਲਾਗੇ ਬਿਬਦ ਭਾਂਤ ਮਨ ਲਾਲਾ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮਣੀਆਂ ਤੇ ਲਾਲ ਬਹੁਤੇ ਤਰੀਕੇ ਨਾਲ ਸ਼ਸਤਰਾਂ ਵਿਚ ਲੱਗੀਆਂ ਹੋਈਆਂ ਨੇ ਸੋਭਤ ਬਿਬਦ ਮਰੀਚ ਉਜਾਲਾ ਬਿਬਦ ਨਾਮ ਅਨੇਕਾਂ ਤਰੀਕਿਆਂ ਨਾਲ ਸੋਭਦੇ ਨੇ ਉਹ ਸ਼ਸਤਰ ਤੇ ਉਹਨਾਂ ਸ਼ਸਤਰਾਂ ਵਿਚੋਂ ਮਰੀਚ ਮੈਨੇ ਕਿਰਨਾਂ ਤੇ ਉਜਾਲਾ ਮੈਨੇ ਪ੍ਰਕਾਸ਼ ਕਰਦੀਆਂ ਪਈਆਂ ਨੇ ਫੈਲ ਰਹੇ ਉਹ ਦਸ ਦਿਸ਼ਾ ਪ੍ਰਕਾਸ਼ਾ ਸਾਹਿਬ ਜੀ ਕਹਿੰਦੇ ਨੇ ਉਹਨਾਂ ਸ਼ਸਤਰਾਂ ਦੀ ਚਮਕ ਜਿਹੜੀ ਹੈ ਉਹ ਦਸਾਂ ਦਿਸ਼ਾਵਾਂ ਵਿਚ ਫੈਲ ਰਹੀ ਹੈ ਸ਼ਸਤਰ ਛਟਾਦਮ ਕਹਿ ਇਲਮਾਸਾ ਅਤੇ ਸ਼ਸਤਰਾਂ ਦੀ ਚਮਕ ਇਸ ਤਰ੍ਹਾਂ ਚਮਕਦੀ ਹੈ ਜਿਵੇਂ ਇਲਮਾਸਾ ਮੋਤੀ ਚਮਕਦਾ ਪਿਆ ਹੋਵੇ ਜਗ ਮਗ ਬਿਮਲ ਮਰੀਚ ਬਰੂਥ ਬਰੂਥੰ ਗੁਰੂ ਖਾਲਸਾ ਜੀ ਰਥ ਦੀ ਸੰਜੋ ਦਾ ਨਾਮ ਵੀ ਹੈ ਤੇ ਝੁੰਡ ਦਾ ਨਾਮ ਵੀ ਹੈ ਕਹਿੰਦੇ ਰਥਾਂ ਦੇ ਉੱਪਰ ਜਿਹੜੀ ਸੰਜੋ ਲੱਗੀ ਹੈ ਨਾ ਉਹਦੀ ਜਿਹੜੀ ਮਰੀਚ ਕਹੀਏ ਕਿਰਨਾ ਹੀ ਜਾਂ ਉਹਦੀ ਚਮਕ ਹੈ ਉਹ ਬੜੀ ਨਿਰਮਲ ਜਗਮਗਾ ਰਹੀ ਹੈ ਮਾਨੋ ਉਦਿਤ ਭਏ ਸਸ ਜੂਥੰ ਸਾਹਿਬ ਜੀ ਕਹਿੰਦੇ ਨੇ ਵੀ ਮਾਨੋ ਅਸਮਾਨ ਦੇ ਵਿਚ ਚੰਦਰਮਾ ਹੀ ਚੜਿਆ ਹੋਵੇ ਤੇ ਜੂਥੰ ਕਹੀਏ ਸਾਰੇ ਤਾਰਿਆਂ ਦੇ ਸਮੇਤ ਇੰਜ ਸ਼ਸਤਰ ਤੇ ਅਸਤਰ ਜਿਹੜੇ ਨੇ ਉਹ ਚਮਕਦੇ ਪਏ ਹਨ ਅਪਰਮਾਨ ਆਯੁਧ ਮਾਇਆ ਵੀ ਸਾਹਿਬ ਜੀ ਕਹਿੰਦੇ ਨੇ ਅਪਰਮਾਨ ਜਿਹੜੇ ਉਹ ਸ਼ਸਤਰ ਸਨ ਮਾਇਆ ਵੀ ਸ਼ਸਤਰ ਸਨ ਉਹ ਅਪਰਮਾਨ ਸਨ ਉਹਨਾਂ ਦੀ ਕੋਈ ਮਿਣਤੀ ਗਿਣਤੀ ਕੀਤੀ ਨਹੀਂ ਸੀ ਜਾ ਸਕਦੀ ਨਿਜ ਕਰ ਗੱਡਿਓ ਵਿਧਾਤੇ ਭਾਵੀ ਮਾਨੋ ਵੀ ਬ੍ਰਹਮੇ ਨੇ ਭਾਵੀ ਪ੍ਰੇਮ ਦੇ ਨਾਲ ਆਪਣੇ ਹੱਥਾਂ ਵਿਚ ਹੀ ਉਹ ਆਪਣੇ ਹੱਥਾਂ ਨਾਲ ਹੀ ਉਹ ਸ਼ਸਤਰ ਘੜੇ ਹੋਣ ਸ੍ਰੀ ਨਿਸਰਾਜ ਛਕੇ ਸਭ ਸ਼ਸਤਰਾ ਹਾਂ ਚੰਦਰਮੇ ਨੇ ਸਾਰੇ ਹੀ ਸ਼ਸਤਰ ਧਾਰਨ ਕੀਤੇ ਹਨ ਮਨ ਗਨ ਖਚਿਤ ਜੜੇ ਬਹੁ ਅਸਤਰਾ ਅਤੇ ਉਹ ਸ਼ੋਭਦੇ ਪਏ ਨੇ ਅਤੇ ਸਮੂਹ ਮਣੀਆਂ ਦੇ ਨਾਲ ਉਹ ਜੜੇ ਹੋਏ ਨੇ ਬਹੁਤੇ ਸ਼ਸਤਰ ਤੇ ਅਸਤਰ ਸ਼ਸਤਰ ਛਕੇ ਨਿਸਪਤ ਅਸ ਸਾਜੈ ਸਾਹਿਬ ਜੀ ਕਹਿੰਦੇ ਨੇ ਵੀ ਸ਼ਸਤਰ ਸਜਾਏ ਹੋਏ ਚੰਦਰਮੇ ਦੇ ਅਸ ਇਸ ਤਰ੍ਹਾਂ ਛਾਜੇ ਸ਼ੋਭਦੇ ਪਏ ਨੇ ਓਟ ਅਨੰਗ ਨਿਰਖ ਦੁੱਤ ਲਾਜੈ ਹਾਂ ਜਿਨ੍ਹਾਂ ਸ਼ਸਤਰਾਂ ਵੱਲ ਵੇਖ ਕਰਕੇ ਕਰੋੜਾਂ ਕਾਮਦੇਵ ਤੇ ਉਹਨਾਂ ਦੀ ਸ਼ੋਭਾ ਵੀ ਲੱਜਾ ਦੀ ਸਹਿਤ ਹੁੰਦੀ ਹੈ ਕਾਮਦੇਵ ਦੀ ਸ਼ੋਭਾ ਕਰੋੜਾਂ ਕਾਮਦੇਵ ਹੋਣ ਤੇ ਕਰੋੜਾਂ ਕਾਮਦੇਵਾਂ ਦੀ ਸ਼ੋਭਾ ਆਵੇ ਇੱਕ ਪਾਸੇ ਉਹ ਸ਼ਸਤਰ ਹੋਣ ਸਾਹਿਬ ਜੀ ਕਹਿੰਦੇ ਨੇ ਵੀ ਉਹ ਕਾਮਦੇਵਾਂ ਦੀ ਜਿਹੜੀ ਸ਼ੋਭਾ ਹੈ ਉਹ ਵੀ ਲੱਜਾਂ ਦੀ ਸਹਿਤ ਹੁੰਦੀ ਹੈ ਸਿੰਧ ਮਰੀਚ ਅਦਵੈਕ ਪ੍ਰਕਾਸ਼ਕ ਸਾਹਿਬ ਜੀ ਕਹਿੰਦੇ ਨੇ ਸ਼ੋਭਾ ਦੀ ਚਮਕ ਦੇ ਸਮੁੰਦਰ ਨੇ ਉਹ ਸ਼ਸਤਰ ਤੇ ਅਦਵੈਤ ਇੱਕ ਹੀ ਨੇ ਇਹੋ ਜਿਹਾ ਪ੍ਰਕਾਸ਼ ਕਰਨ ਵਾਲੇ ਦੁਨੀਆਂ ਵਿਚ ਉਹਨਾਂ ਸ਼ਸਤਰਾਂ ਦੇ ਬਰਾਬਰ ਹੋਰ ਕੋਈ ਸ਼ਸਤਰ ਨਹੀਂ ਅਨਨ ਨਿਰਖ ਚਰਾ ਚਰ ਆਸਕ ਤੇ ਵੇਖ ਕਰਕੇ ਚੰਦਰਮੇ ਦੇ ਚਿਹਰੇ ਨੂੰ ਤੇ ਜੜ ਤੇ ਚੇਤਨ ਸਾਰੇ ਹੀ ਆਸ਼ਕ ਹੋ ਜਾਂਦੇ ਨੇ ਚੰਦਰਮੇ ਦੇ ਰਿਖ ਪਤਨੀ ਦੁੱਤ ਨਿਰਖ ਲੁਭਾਨੀ ਰਿਖੀਆਂ ਦੀ ਜਿਹੜੀਆਂ ਪਤਨੀਆਂ ਨੇ ਜਿਹੜੀਆਂ ਪਤ ਵਰਤਾਂ ਨੂੰ ਧਾਰ ਕੇ ਰੱਖਦੀਆਂ ਨੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ ਇਹੋ ਜੇ ਰਿਖੀ ਤੇ ਉਹਨਾਂ ਦੀਆਂ ਘਰ ਵਾਲੀਆਂ ਜਿਹੜੀਆਂ ਪਤ ਵਰਤਾਂ ਰੱਖਦੀਆਂ ਨੇ ਆਪਣੇ ਘਰ ਵਾਲੇ ਤੋਂ ਬਿਨਾਂ ਹੋਰ ਕਿਸੇ ਵੱਲ ਤੱਕਦੀਆਂ ਨੇ ਸਾਹਿਬ ਜੀ ਕਹਿੰਦੇ ਨੇ ਵੀ ਚੰਦਰਮੇ ਦੀ ਸ਼ੋਭਾ ਨੂੰ ਵੇਖ ਕਰਕੇ ਤੇ ਉਹ ਰਿਖੀਆਂ ਦੀਆਂ ਪਤਨੀਆਂ ਵੀ ਚੰਦਰਮੇ ਤੇ ਲੁਭਾਏਮਾਨ ਹੋ ਜਾਂਦੀਆਂ ਨੇ ਤਜ ਕੁਲ ਕਾਨ ਬਿਨ ਦਾਮ ਬੇਕਾਨੀ ਹਾਂ ਆਪਣੀ ਕੁਲ ਦੀ ਕਾਨ ਛੱਡ ਕਰਕੇ ਕਾਨ ਕਨੋਟ ਤੇ ਬਿਨਾਂ ਪੈਸਿਆਂ ਤੋਂ ਹੀ ਵਿਕਣ ਵਾਸਤੇ ਤਿਆਰ ਹੋ ਜਾਂਦੀਆਂ ਨੇ ਵੀ ਚੰਦਰਮਾ ਸਾਨੂੰ ਬਿਨਾਂ ਪੈਸਿਆਂ ਤੋਂ ਹੀ ਖਰੀਦ ਲਵੇ ਜੀ ਜੰਤ ਸੁਰ ਅਸੁਰ ਲੁਭਾਹੀ ਕਹਿੰਦੇ ਚੰਦਰਮੇ ਦਾ ਇਹੋ ਜਿਹਾ ਸੋਹਣਾ ਸੁਭਾਵ ਹੈ ਇਹੋ ਜੀ ਸੋਹਣੀ ਸੂਰਤ ਹੈ ਜਿਹਨੂੰ ਵੇਖ ਕਰਕੇ ਦੇਵਤੇ ਤੇ ਦੈਂਤ ਵੀ ਲੁਭਾਏ ਮਾਨ ਹੁੰਦੇ ਨੇ ਦੁਬਤ ਚਰਾਚਰ ਸਕਲ ਸੁਭਾਹੀ ਅਤੇ ਸਾਰੇ ਹੀ ਜੜ ਚੇਤਨ ਲੁਭਾਏ ਮਾਨ ਹੋ ਜਾਂਦੇ ਨੇ ਤੇ ਸਕਲ ਸੁਭਾਹੀ ਤੇ ਸਾਰੇ ਹੀ ਸੁਭਾਈ ਮਾਣੇ ਦੁਖੀ ਹੁੰਦੇ ਨੇ ਚੰਦਰਮੇ ਦੀ ਸ਼ੋਭਾ ਨੂੰ ਵੇਖ ਕਰਕੇ ਉਹਨਾਂ ਦੇ ਕੋਲੋਂ ਚੰਦਰਮੇ ਦੀ ਸ਼ੋਭਾ ਸਹਾਰੀ ਹੀ ਨਹੀਂ ਜਾਂਦੀ ਪ੍ਰਥਮ ਜੋਤ ਮੈਂ ਸਕਲ ਸਰੀਰਾ ਸਾਹਿਬ ਜੀ ਕਹਿੰਦੇ ਨੇ ਵੀ ਪਹਿਲੀ ਤੇ ਗੱਲ ਇਹ ਹੈ ਵੀ ਚੰਦਰਮੇ ਦਾ ਸਾਰਾ ਹੀ ਸਰੀਰ ਜੋਤ ਦਾ ਸਰੂਪ ਹੈ ਜੋਤੀ ਵਾਂਗ ਚਮਕਦਾ ਪਿਆ ਹੈ ਕਿਉਂਕਿ ਦੁਨੀਆਂ ਵਿੱਚ ਗੁਰੂ ਖਾਲਸਾ ਜੀ 6 ਜੋਤਾਂ ਮੰਨੀਆਂ ਨੇ ਇੱਕ ਸੂਰਜ ਮੰਨਿਆ ਇੱਕ ਚੰਦਰਮਾ ਇੱਕ ਬਿਜਲੀ ਤੇ 6 ਜੋਤਾਂ ਦੇ ਵਿੱਚੋਂ ਜਿਹੜਾ ਚੰਦਰਮਾ ਹੈ ਨਾ ਉਹ ਵੀ ਗੁਰੂ ਖਾਲਸਾ ਜੀ ਇੱਕ ਜੋਤ ਸਰੂਪ ਹੈ ਉਹ ਆਪਣੇ ਆਪ ਹੀ ਚਮਕਦਾ ਪਿਆ ਹੈ ਦੁਨੀਆਂ ਵਿੱਚ 6 ਜੋਤਾਂ ਨੇ ਸੂਰਜ ਵੀ ਆਪਣੇ ਆਪ ਹੀ ਹੈ ਚੰਦਰਮਾ ਵੀ ਆਪਣੇ ਆਪ ਹੀ ਹੈ ਅੱਗ ਵੀ ਆਪਣੇ ਆਪ ਹੀ ਹੈ ਤਾਰੇ ਵੀ ਆਪਣੇ ਆਪ ਹੀ ਹੈ
ਅਸਮਾਨੀ ਬਿਜਲੀ ਵੀ ਆਪਣੇ ਆਪ ਹੀ ਚਮਕਦੀ ਪਈ ਹੈ। ਇਹਨੂੰ ਕਹਿੰਦੇ ਨੇ ਸਵੰਭੂ ਜੋਤ, ਜਿਹੜੀ ਆਪਣੇ ਆਪ ਹੀ ਚਮਕੇ। ਬਲਬ ਹੈ ਗੁਰੂ ਖਾਲਸਾ ਜੀ, ਇਹਨੂੰ ਬਿਜਲੀ ਦਾ ਆਸਰਾ ਹੈ। ਇਸ ਵਾਸਤੇ ਸਵੰਭੂ ਜੋਤ ਨਹੀਂ ਹੈ। ਦੀਵਾ ਇਹ ਉਹਨੂੰ ਤੇਲ ਦਾ ਆਸਰਾ ਹੈ, ਇਸ ਵਾਸਤੇ ਉਹਨੂੰ ਸਵੰਭੂ ਜੋਤ ਨਹੀਂ ਕਹਿੰਦੇ। ਛੇ ਜੋਤਾਂ ਨੇ ਜਿਹੜੀਆਂ ਆਪਣੇ ਆਪ ਹੀ ਗੁਰੂ ਖਾਲਸਾ ਜੀ ਚਮਕਦੀਆਂ ਪਈਆਂ। ਸਾਹਿਬ ਜੀ ਕਹਿੰਦੇ ਨੇ ਸਭ ਮੈਂ ਜੋਤ, ਜੋਤ ਹੈ ਸੋਏ। ਸਾਰੀਆਂ ਜਿਹੜੀਆਂ ਛੇ ਜੋਤਾਂ ਨੇ, ਉਹਨਾਂ ਛੇ ਜੋਤਾਂ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਚੇਤਨ ਸੱਤਾ ਹੈ, ਤਾਂ ਉਹ ਆਪਣੇ ਆਪ ਜਗਦੀਆਂ ਪਈਆਂ ਨੇ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਚੰਦਰਮੇ ਦੀ ਏਡੀ ਸ਼ੋਭਾ ਕਿਉਂ ਹੈ? ਇੱਥੇ ਕੋਈ ਸਵਾਲ ਕਰੇ ਗੁਰੂ ਕਿਉਂ ਸਿੱਖੋ ਤੁਹਾਡੇ ਵਿੱਚੋਂ, ਤੇ ਇਹਦਾ ਉੱਤਰ ਇਹ ਹੈ ਵੀ ਚੰਦਰਮਾ ਪਹਿਲੋਂ ਆਪਣੇ ਆਪ ਦੇ ਵਿੱਚ ਹੀ ਜੋਤ ਸਰੂਪ ਹੈ, ਉਹਦਾ ਸਾਰਾ ਹੀ ਸਰੀਰ ਜੋਤ ਸਰੂਪ ਹੈ। ਖਨ ਬਸਨ ਦਿਪਤ ਮਨ ਹੀਰਾ। ਤੇ ਦੂਜੀ ਉਹਦੇ ਵਿੱਚ ਗੱਲ ਇਹ ਹੈ ਵੀ ਉਹਦੇ ਸਰੀਰ ਦੇ ਉੱਪਰ ਭੂਖਣ ਗਹਿਣੇ ਤੇ ਬਸਨ ਬਸਤਰ ਪਾਏ ਨੇ, ਤੇ ਉਹਨਾਂ ਬਸਤਰਾਂ ਦੇ ਵਿੱਚ ਮਣੀਆਂ ਤੇ ਹੀਰੇ ਚਮਕਦੇ ਪਏ ਨੇ। ਤ੍ਰਿਤੀਏ ਸ਼ਸਤਰ ਅਸਤਰ ਮਨਿਆਰੇ। ਤੇ ਤੀਜੀ ਗੱਲ ਹੈ ਵੀ ਸ਼ਸਤਰ ਤੇ ਅਸਤਰ ਮਣੀਆਂ ਵਾਲੇ ਸ਼ੋਭਦੇ ਪਏ ਨੇ ਚੰਦਰਮੇ ਦੇ ਸਰੀਰ ਉੱਪਰ। ਇਹੋ ਜਿਹੇ ਸ਼ਸਤਰ ਨੇ ਜਿਨ੍ਹਾਂ ਦੀ ਇੰਨੀ ਸ਼ੋਭਾ ਏ ਵੀ ਮਾਨੋ ਵੀ ਦੂਸਰਾ ਚੰਦਰਮਾ ਅਸਮਾਨ ਦੇ ਵਿੱਚ ਚੜਿਆ ਹੋਇਆ। ਇਹ ਸ਼ੋਭਾ ਕਿਉਂ ਨਾ ਹੋਵੇ? ਰਿਖੀਆਂ ਦੀਆਂ ਘਰਵਾਲੀਆਂ ਆਪਣਾ ਧਰਮ ਛੱਡ ਕੇ ਚੰਦਰਮੇ ਵੱਲ ਕਿਉਂ ਨਾ ਭੱਜਣ? ਕਿਉਂ ਨਾ ਗੁਰੂ ਖਾਲਸਾ ਜੀ ਸਾਰੇ ਜੜ ਤੇ ਚੇਤਨ ਆਸ਼ਿਕ ਹੋਣ ਚੰਦਰਮੇ ਦੇ? ਕਿਉਂਕਿ ਤਿੰਨ ਗੱਲਾਂ ਨੇ, ਤਿੰਨੇ ਗੱਲਾਂ ਕਰਕੇ ਉਹਦੀ ਸ਼ੋਭਾ ਬਣੀ ਹੈ। ਤ੍ਰਿਤੀਏ ਗੁਰੂ ਖਾਲਸਾ ਜੀ ਤੱਤੇ ਨੂੰ ਸਿਹਾਰੀ ਪੈਰ ਵਿੱਚ ਰਾਰਾ, ਤੱਤੇ ਨੂੰ ਬਿਹਾਰੀ ਤੇ ਈੜੀ ਨੂੰ ਲਾਂ, ਪਿੰਗਲ ਦੇ ਲਿਹਾਜ ਨਾਲ ਤੇ ਸ਼ਹੀਦੀ ਬਾਗ ਵਾਲੀ ਬੀੜ ਦੇ ਵਿੱਚ। ਇਹ ਗੁਰੂ ਖਾਲਸਾ ਜੀ ਪਾਠ ਬਿਲਕੁਲ ਦਰੁਸਤ ਹੈ। ਪਾਠ ਬੋਧ ਵਿੱਚ ਵੀ ਇਸੇ ਪਾਠ ਨੂੰ ਪਹਿਲ ਦਿੱਤੀ ਗਈ ਸੀ। ਸੁਨਾਰ ਉਪਿਓ ਸ਼ਬ ਸਾਰੇ। ਹਾਂ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਵਧਾਤਾ ਰੂਪੀ ਸੁਨਿਆਰੇ ਨੇ ਇਹ ਸਾਰੀ ਹੀ ਉਪਿਓ ਮੈਨੇ ਉਪਮਾ, ਤੇ ਸ਼ਬ ਮੈਨੇ ਸ਼ੋਭਾ, ਤੇ ਸਾਰੇ ਮੈਨੇ ਬਣਾਉਣਾ ਕੀਤੀ ਹੈ ਚੰਦਰਮੇ ਦੀ। ਸ਼ਸਤਰ ਅਸਤਰ ਭੂਖਣ ਜੁਤ ਲਾਲਨ, ਜਿੰਨੇ ਵੀ ਸ਼ਸਤਰ ਅਸਤਰ ਨੇ ਗਹਿਣੇ ਨੇ ਉਹ ਸਾਰੇ ਲਾਲਾਂ ਦੇ ਸਮੇਤ ਨੇ, ਲਾਲਾਂ ਦੇ ਨਾਲ ਜੜੇ ਹੋਏ ਨੇ। ਬਾਪ ਮਰੀਚ ਮੈਂ ਨਖ ਸਿਖ ਪਾਵਨ। ਸਾਹਿਬ ਜੀ ਕਹਿੰਦੇ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਾਰਾ ਹੀ ਜਿਹੜਾ ਸਰੀਰ ਹੈ ਉਹ ਚਮਕਦਾ ਹੀ ਮੈਂ ਕਹੀਏ ਸਰੂਪ ਹੈ ਪਾਵਨ ਪਵਿੱਤਰ। ਅਪਰਮਾਨ ਸੋਭਤ ਰਸ ਖਾਨੇ। ਸਾਹਿਬ ਜੀ ਕਹਿੰਦੇ ਵੀ ਚੰਦਰਮੇ ਦੀ ਸ਼ੋਭਾ ਕਿੰਨੀ ਕ ਹੈ, ਅਪਰਮਾਨ ਸ਼ੋਭਾ ਹੈ, ਉਹਦੀ ਕੋਈ ਮਿਣਤੀ ਨਹੀਂ ਕੀਤੀ ਜਾ ਸਕਦੀ। ਇਹ ਰਸ ਦੀ ਖਾਨ ਹੈ ਚੰਦਰਮਾ। ਦੇਵ ਦੈਤ ਸਾਗਰ ਮਥੇ ਆਨੇ। ਮਾਨੋ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਮਥ ਕਰਕੇ ਹੀ ਚੰਦਰਮੇ ਨੂੰ ਸਮੁੰਦਰ ਦੇ ਵਿੱਚੋਂ ਬਾਹਰ ਕੱਢਿਆ ਏ, ਇਸ ਕਰਕੇ ਇਹਦੀ ਸ਼ੋਭਾ ਇਹ ਨੀ। ਤਨ ਮਰੀਚ ਭੂਖਣ ਮਨਿਆਰੇ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਤਨ ਵੀ ਚਮਕਦਾ ਏ, ਗਹਿਣੇ ਜਿਹੜੇ ਨੇ ਉਹ ਵੀ ਮਣੀਆਂ ਵਾਲੇ ਬਹੁਤ ਚਮਕਦੇ ਪਏ ਨੇ। ਆਯੁਧ ਬਸਨ ਦਿਪਤ ਰਤਨਾਰੇ। ਆਯੁਧ ਨਾਮ ਸ਼ਸਤਰਾਂ ਦਾ ਏ, ਬਸਨ ਨਾਮ ਕੱਪੜਿਆਂ ਦਾ ਏ, ਉਹਨਾਂ ਵਿੱਚ ਵੀ ਰਤਨ ਲੱਗੇ ਹੋਏ ਦਿਪਤ ਚਮਕਦੇ ਪਏ ਨੇ। ਫੈਲ ਰਹੀ ਤ੍ਰਿਭਵਨ ਮਰੀਚਾ। ਸਾਹਿਬ ਜੀ ਕਹਿੰਦੇ ਨੇ ਤਿੰਨਾਂ ਭਵਨਾਂ ਦੇ ਵਿੱਚ, ਤਿੰਨਾਂ ਲੋਕਾਂ ਦੇ ਵਿੱਚ, ਤਿੰਨਾਂ ਪੁਰੀਆਂ ਦੇ ਵਿੱਚ ਚੰਦਰਮੇ ਦੀ ਜਿਹੜੀ ਮਰੀਚਾ ਚਮਕ ਹੈ ਉਹ ਫੈਲ ਰਹੀ ਹੈ। ਚੱਕਰ ਤੇਜ ਮਨ ਤਨੁਸ ਪਨੀਚਾ। ਅਤੇ ਜਿਹੜਾ ਸੋਹਣਾ ਤੇਜ ਪ੍ਰਤਾਪ ਵਾਲਾ ਉਹਨੇ ਚੱਕਰ ਤੇ ਮਣੀਆਂ ਦੇ ਨਾਲ ਲੱਗਾ ਧਨੁਸ, ਤੇ ਧਨੁਸ ਦੀ ਜਿਹੜੀ ਪਨੀਚਾ ਤੰਦੀ ਹੈ ਉਹਦੇ ਵਿੱਚ ਵੀ ਹੀਰੇ ਜਵਾਹਰਾਤ ਲੱਗੇ ਨੇ। ਇਸ ਵਾਸਤੇ ਚੰਦਰਮੇ ਦੀ ਜਿਹੜੀ ਚਮਕ ਹੈ ਉਹ ਤਿੰਨਾਂ ਲੋਕਾਂ ਦੇ ਵਿੱਚ ਚਮਕ ਰਹੀ ਹੈ। ਬਿਸ਼ਨ ਪਦ ਸਾਰੰਗ ਪਰਮਾਨ ਦੁੱਤ ਵਰਨ ਨਾ ਜਾਏ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਚੰਦਰਮੇ ਦੀ ਸ਼ੋਭਾ ਪਰਮਾਨ ਹੈ, ਉਹ ਵਰਨੀ ਨਹੀਂ ਜਾ ਸਕਦੀ, ਕਹੀ ਨਹੀਂ ਜਾ ਸਕਦੀ। ਸ਼ੋਭਾ ਕਟਕ ਜਨੇ ਤਸੁਹਾਈ। ਉਹਦੀ ਫੌਜ ਕਿਵੇਂ ਹੈ? ਉਹਦੀ ਫੌਜ ਇਵੇਂ ਹੈ ਜਿਸ ਤਰੀਕੇ ਦੇ ਨਾਲ ਜਨੇਤ ਜੰਝ ਸੁਹਾਈ ਸੋਭਦੀ ਹੋਵੇ। ਕਟਕ ਨਾਮ ਫੌਜ ਦਾ ਹੈ, ਫੌਜ ਦੀ ਸ਼ੋਭਾ ਕਿਵੇਂ ਹੈ? ਜਿਵੇਂ ਪ੍ਰਾਹੁਣੇ ਦੇ ਨਾਲ ਜੰਝ ਸ਼ੋਭਦੀ ਹੋਵੇ। ਮਨ ਗਨ ਬਿਮਲ ਮਰੀਚ ਹਵਾਈ। ਸਾਹਿਬ ਜੀ ਕਹਿੰਦੇ ਨੇ ਵੀ ਸ਼ਸਤਰਾਂ ਅਸਤਰਾਂ ਦੇ ਕੱਪੜਿਆਂ ਦੇ ਵਿੱਚ, ਗਹਿਣਿਆਂ ਵਿੱਚ ਮਣੀਆਂ ਕਿਵੇਂ ਲੱਗੀਆਂ ਨੇ ਨਿਰਮਲ? ਜਿਵੇਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਹਲਵਾਈਆਂ ਦੀ ਸ਼ੋਭਾ ਹੁੰਦੀ ਹੈ, ਅਸਮਾਨ ਵਿੱਚ ਹਲਵਾਈਆਂ ਜਾਂਦੀਆਂ ਨੇ ਤੇ ਉਹਨਾਂ ਹਵਾਈਆਂ ਦੀ ਬੜੀ ਸ਼ੋਭਾ ਹੁੰਦੀ, ਬੜੀ ਚਮਕ ਹੁੰਦੀ ਹੈ। ਅੱਜ ਕੱਲ੍ਹ ਗੁਰੂ ਖਾਲਸਾ ਜੀ ਜਦੋਂ ਆਤਿਸ਼ਬਾਜ਼ੀ ਹੁੰਦੀ ਹੈ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਹੁੰਦੀ ਹੈ, ਕਿਉਂਕਿ ਇਹ ਪੁਰਾਣੀ ਮਰਿਆਦਾ ਸੀ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੇ ਵੇਲੇ ਵੀ ਸਾਰਾ ਪੰਥ ਇਕੱਠਾ ਹੋ ਕਰਕੇ ਤੇ ਦੀਪਾਵਲੀ ਦਾ ਪੁਰਬ ਗੁਰੂ ਖਾਲਸਾ ਜੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਕਰਦਾ ਸੀ ਤੇ ਆਤਿਸ਼ਬਾਜ਼ੀ ਦੇ ਜੌਹਰ ਦਿਖਾਏ ਜਾਂਦੇ ਸੀ, ਅੱਜ ਵੀ ਦਿਖਾਏ ਜਾਂਦੇ ਨੇ। ਸੱਚਖੰਡ ਹਜ਼ੂਰ ਸਾਹਿਬ ਵੀ ਆਤਿਸ਼ਬਾਜ਼ੀ ਦਿਖਾਈ ਜਾਂਦੀ ਤੇ ਹਲਵਾਈਆਂ ਚੱਲਦੀਆਂ ਨੇ ਤੇ ਅਸਮਾਨ ਦੇ ਵਿੱਚ ਜਾ ਕਰਕੇ ਉਹ ਫਟਦੀਆਂ ਨੇ ਤੇ ਫੁੱਲ ਬਣ ਕੇ ਕਿਰਦੀਆਂ ਨੇ। ਇੱਦਾਂ ਜਾਪਦਾ ਜਿਵੇਂ ਫੁੱਲ ਖਿੜ ਗਿਆ ਹੋਵੇ, ਇੰਨੀ ਚਮਕ ਹੁੰਦੀ ਹੈ। ਇਹ ਗੁਰੂ ਖਾਲਸਾ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਵੇਲੇ ਵੀ ਹਲਵਾਈਆਂ ਸਨ, ਇਹੋ ਜਿਹੀਆਂ ਹਵਾਈਆਂ ਕੁਝ ਅੱਜ ਨਹੀਂ ਤੁਰੀਆਂ, ਇਹ ਮਹਾਰਾਜ ਸਾਹਿਬ ਜੀ ਦੇ ਵੇਲੇ ਵੀ ਸਨ। ਤਾਂ ਹੀ ਮਹਾਰਾਜ ਕਹਿੰਦੇ ਹੈ ਨਾ ਵੀ ਮਣੀਆਂ ਦੀ ਸ਼ੋਭਾ ਕੈਸੀ ਹੈ ਜਿਵੇਂ ਹਲਵਾਈਆਂ ਦੀ ਚਮਕ ਹੁੰਦੀ ਹੈ। ਫੂਲ ਹਵਾ ਸਮ ਅਸਰੁਸ਼ਨਾਈ, ਜਦੋਂ ਹਲਵਾਈਆਂ ਚੱਲਦੀਆਂ ਨੇ ਤੇ ਹਵਾ ਦੇ ਵਿੱਚ ਅਸਮਾਨ ਦੇ ਵਿੱਚ ਜਾ ਕਰਕੇ ਫੁੱਲ ਬਣਦੇ ਹਨ, ਹਲਵਾਈਆਂ ਚੱਲਣ ਦੇ ਨਾਲ ਇਹ ਜਾਪਦਾ ਵੀ ਅਸਮਾਨ ਵਿੱਚ ਫੁੱਲ ਬਣ ਗਏ ਨੇ। ਅਸ ਕਹਿੰਦੇ ਐਸੀ ਰੁਸ਼ਨਾਈ ਹੈ ਉਹਨਾਂ ਮਣੀਆਂ ਦੀ, ਬੱਲਮ ਬਾਣ ਛੁੱਟਤ ਜਿਮ ਤਾਰਾ। ਸਾਹਿਬ ਜੀ ਕਹਿੰਦੇ ਨੇ ਬਰਛੀਆਂ ਕੈਸੀਆਂ ਸ਼ੋਭਦੀਆਂ ਨੇ ਤੇ ਬਾਣ ਚੱਲਦੇ ਹੋਏ ਕੈਸੇ ਸ਼ੋਭਦੇ ਨੇ, ਜਿਵੇਂ ਮੰਨ ਲੋ ਵੀ ਤਾਰੇ ਚੱਲਦੇ, ਹੁਣ ਟੁੱਟਿਆ ਹੋਇਆ ਤਾਰਾ ਅਸਮਾਨ ਵਿੱਚ ਚੱਲਦਾ ਏ। ਦੀਪਕ ਚੱਕਰ ਗੋਫਨ ਗੁਲ ਨਾਰਾ। ਸਾਹਿਬ ਜੀ ਕਹਿੰਦੇ ਚੱਕਰ ਦੀ ਸ਼ੋਭਾ ਕੈਸੀ ਹੈ, ਜਿਵੇਂ ਸਾਹਿਬ ਜੀ ਕਹਿੰਦੇ ਆਤਿਸ਼ਬਾਜ਼ੀ ਦੇ ਵਿੱਚ ਦੀਵੇ ਜਗਦੇ ਨੇ, ਐਸੀ ਸ਼ੋਭਾ ਏ, ਚਾਰੇ ਪਾਸੇ ਦੀਵੇ ਜਗਦੇ ਹਨ ਤੇ ਫਿਰ ਉਹ ਪਿੰਡ ਜਾਪਦਾ ਏ ਵੀ ਜਿਵੇਂ ਗੋਲ ਗੋਲ ਚੱਕਰ ਹੋਵੇ, ਇੰਜ ਸੁਦਰਸ਼ਨ ਚੱਕਰ ਦੀ ਮਹਿਮਾ ਏ। ਤੇ ਗੋਫਨ ਗੁਲ ਨਾਰਾ, ਤੇ ਗੋਪੀਏ ਦੀ ਸ਼ੋਭਾ ਕਿਵੇਂ ਹੈ, ਜਿਵੇਂ ਅਨਾਰ ਦਾ ਫੁੱਲ ਖਿੜਿਆ ਹੋਵੇ। ਮਨ ਗਨ ਮਨੋ ਬਤਾਸ ਹੈ ਛੂਟਾ ਹੈ। ਸਾਹਿਬ ਜੀ ਕਹਿੰਦੇ ਨੇ ਸਮੂਹ ਮਣੀਆਂ ਦੀ ਸ਼ੋਭਾ ਐਸੀ ਮਾਨੋ ਜਿਵੇਂ ਬਤਾਸੇ ਹਵਾ ਦੇ ਵਿੱਚ ਆਤਿਸ਼ਬਾਜ਼ੀ ਦੀ ਛੁੱਟਣ ਤੇ ਚਮਕ ਹੁੰਦੀ ਹੈ। ਅੰਬਰ ਜਰੀ ਚੰਦਰ ਦੁੱਤ ਲੂਟਾ ਹੈ। ਹਾਂ, ਅੰਬਰ ਨਾਮ ਕੱਪੜਿਆਂ ਦਾ ਏ ਤੇ ਜਰੀ ਨਾਮ ਜਰੀਦਾਰ ਦਾ। ਕਹਿੰਦੇ ਜਿਹੜੇ ਜਰੀਦਾਰ ਕੱਪੜੇ ਚੰਦਰਮੇ ਨੇ ਪਾਏ ਹੋਏ ਨੇ, ਉਹਨਾਂ ਕੱਪੜਿਆਂ ਦੀ ਸ਼ੋਭਾ ਕਰਕੇ ਤੇ ਚੰਦਰਮਾ ਜਿਹੜਾ ਏ ਸਾਰੀ ਆਤਿਸ਼ਬਾਜ਼ੀ ਦੀ ਸ਼ੋਭਾ ਨੂੰ ਲੁੱਟਾ ਲੁੱਟਦਾ ਪਿਆ ਏ। ਮਨ ਗਨ ਬਿਮਲ ਮਰੀ ਚ ਸੁਹਾਈ। ਸਾਹਿਬ ਜੀ ਕਹਿੰਦੇ ਨੇ ਜਿਹੜੀਆਂ ਨਿਰਮਲ ਮਣੀਆਂ ਲੱਗੀਆਂ ਨੇ ਉਹਨਾਂ ਦੀ ਚਮਕ ਬਹੁਤੀ ਹੀ ਸ਼ੋਭਨੀਕ ਹੋ ਰਹੀ ਹੈ। ਮਨੋ ਛੁੱਟ ਹੀ ਬਿਵਦ ਹਵਾਈ। ਮਨੋ ਛੁੱਟ ਰਹੀਆਂ ਨੇ ਬਿਵਦ ਨਾਨਾ ਪ੍ਰਕਾਰ ਦੀਆਂ ਹਵਾਈਆਂ ਅਸਮਾਨ ਵਿੱਚ। ਬਣੇ ਤਨੇ ਰਹਿ ਨਾਦਿਪ ਸੋਹ ਹੈ। ਬਣੇ ਤਨੇ ਹੋਏ ਰਹਿ ਨਾਦਿਪ ਚੰਦਰਮਾ ਜੀ ਸ਼ੋਭਾ ਪਾ ਰਹੇ ਨੇ। ਦੂਲਹ ਕੋਟ ਨਿਰਖ ਮਨ ਮੋਹ ਹੈ। ਮਾਨੋ ਕਰੋੜਾਂ ਹੀ ਪ੍ਰਾਹੁਣੇ ਵੇਖ ਕਰਕੇ ਤੇ ਮਨ ਮੋਹ ਰਹੇ ਨੇ। ਮਾਨੋ ਕਰੋੜਾਂ ਹੀ ਪ੍ਰਾਹੁਣੇ ਚੰਦਰਮਾ ਵੱਲ ਨੂੰ ਦੇਖ ਰਹੇ ਨੇ ਤੇ ਪ੍ਰਾਹੁਣਿਆਂ ਦੇ ਵੀ ਮਨ ਜਿਹੜੇ ਨੇ ਉਹ ਮੋਹੇ ਜਾ ਰਹੇ। ਜੰਝ ਵਿੱਚ ਗੁਰੂ ਖਾਲਸਾ ਜੀ ਪ੍ਰਾਹੁਣੇ ਦੀ ਸ਼ੋਭਾ ਜ਼ਿਆਦੀ ਹੁੰਦੀ ਹੈ ਤੇ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮਾਨੋ ਇੱਕ ਪਾਸੇ ਕਰੋੜਾਂ ਹੀ ਪ੍ਰਾਹੁਣੇ ਨੇ ਤੇ ਉਹ ਚੰਦਰਮੇ ਵੱਲ ਨੂੰ ਵੇਖ ਰਹੇ ਨੇ ਤੇ ਉਹਨਾਂ ਦੇ ਮਨ ਵੀ ਲੁਭਾਏਮਾਨ ਹੋ ਰਹੇ ਨੇ ਚੰਦਰਮੇ ਉੱਪਰ। ਨੈਣ ਰਹੇ ਸ਼ਬ ਨਿਰਖ ਬਿਕਾਈ। ਕਾਮਦੇਵ ਦੀ ਸ਼ੋਭਾ ਵੀ ਵੇਖ ਕਰਕੇ ਚੰਦਰਮੇ ਦੀ ਸ਼ੋਭਾ ਨੂੰ ਸੋਚਦੀ ਹੈ ਵੀ ਮੈਂ ਵਿਕ ਜਾਵਾਂ ਚੰਦਰਮੇ ਨੂੰ, ਭਾਵ ਚੰਦਰਮੇ ਦੇ ਅਧੀਨ ਹੋ ਜਾਵਾਂ। ਨਿਰਖ ਨਿਰਖ ਦੁੱਤ ਮਨ ਹਲ ਜਾਹੀ। ਮਾਨੋ ਕੀ ਵੇਖ ਵੇਖ ਕੇ ਕਾਮਦੇਵ ਦੀ ਸ਼ੋਭਾ ਵੀ ਲੱਜਾ ਦੇ ਸਹਿਤ ਹੋ ਰਹੀ ਹੈ। ਜਾ ਤੇ ਅਨੰਗ ਭਇਓ ਰਤ ਈਸਾ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਕਾਮਦੇਵ ਸਰੀਰ ਤੋਂ ਬਿਨਾਂ ਤਾਂ ਹੋਇਆ ਏ। ਭੋਜਾ ਰਸ਼ਾਰ ਕਰਤ ਈਸਾ। ਹਰ ਈਸਾ ਮੈਨੇ ਈਰਖਾ, ਬਹੁਤੀ ਈਰਖਾ ਕਰਦਾ ਏ ਚੰਦਰਮੇ ਦੇ ਨਾਲ ਤੇ ਤਾਂ ਹੀ ਸੜ ਕਰਕੇ ਸਵਾਹ ਹੋ ਗਿਆ ਹੈ। ਇਹ ਗੁਰੂ ਖਾਲਸਾ ਜੀ ਕਥਾ ਆਉਂਦੀ ਹੈ। ਇੱਕ ਵਾਰੀ ਸ਼ਿਵਾ ਜੀ ਸਮਾਧੀ ਲਾ ਕਰਕੇ ਬੈਠੇ ਹੋਏ ਸਨ ਤੇ ਕਾਮਦੇਵ ਜਗਾਉਣ ਦਾ ਯਤਨ ਕਰਦਾ ਹੈ ਤੇ ਉਹ ਕਾਮ ਦੇ ਤੀਰ ਮਾਰਦਾ ਹੈ ਪਰ ਸਮਾਧੀ ਦੇ ਵਿੱਚੋਂ ਸ਼ਿਵਾ ਜੀ ਉਥਾਨ ਨਹੀਂ ਹੁੰਦੇ। ਫਿਰ ਉਹ ਗੁਰੂ ਖਾਲਸਾ ਜੀ ਇੱਕ ਤੀਰ ਤੀਸਰੀ ਅੱਖ ਵਿੱਚ ਮਾਰਦਾ ਹੈ ਤੇ ਭਗਵਾਨ ਦੀ ਤੀਸਰੀ ਅੱਖ ਖੁੱਲ ਜਾਂਦੀ ਹੈ ਸ਼ਿਵਜੀ ਭਗਵਾਨ ਦੀ ਤੇ ਫਿਰ ਉਹਦੇ ਨਾਲ ਕਾਮਦੇਵ ਸੜ ਕੇ ਸਵਾਹ ਹੋ ਜਾਂਦਾ ਹੈ, ਆਪਣੇ ਸਰੀਰ ਤੋਂ ਬਿਨਾਂ ਹੋ ਜਾਂਦਾ ਹੈ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਹੈ ਵੀ ਮੈਂ ਤਾਂ ਇੱਦਾਂ ਸਮਝਦਾ ਹੈ ਵੀ ਕਾਮਦੇਵ ਸਰੀਰ ਤੋਂ ਬਿਨਾਂ ਕਿਉਂ ਹੋਇਆ ਹੈ ਤੇ ਇੱਥੇ ਅਲੰਕਾਰ ਦਿੰਦੇ ਹੈ ਵੀ ਚੰਦਰਮੇ ਦੀ ਸ਼ੋਭਾ ਵੇਖ ਕੇ ਉਹਦੇ ਕੋਲ ਜਰਿਆ ਨਹੀਂ ਜਾਂਦਾ, ਉਹ ਬਹੁਤੀ ਈਰਖਾ ਕਰਦਾ ਚੰਦਰਮੇ ਦੇ ਨਾਲ।
ਤਾਂ ਉਹ ਸੜ ਕੇ ਸੁਆ ਹੋਇਆ ਆਪਣੇ ਸਰੀਰ ਤੋਂ ਬਿਨਾ ਹੋਇਆ ਏ। ਮੀਨ ਮ੍ਰਿਗਨ ਦੁੱਧ ਕੰਜ ਲਜਾਨੀ, ਮੀਨ ਮੱਛਾਂ ਦੀ, ਮ੍ਰਿਗਨ ਨਾਮ ਹਰਨਾਂ ਦਾ, ਇਹ ਹਰਨਾਂ ਦੀ ਸ਼ੋਭਾ ਤੇ ਕਮਲਾਂ ਦੀ ਸ਼ੋਭਾ ਵੀ ਲੱਜਾ ਦੇ ਸਹਿਤ ਹੋ ਰਹੀ ਹੈ। ਚੰਦਰਮੇ ਦੀ ਸ਼ੋਭਾ ਵੱਲ ਵੇਖ ਕਰਕੇ ਲੱਜਤ ਭਏ ਬਨ ਬਸਤ ਚਰਾਨੀ, ਭਾਵੇਂ ਲੰਮੇ ਸਮੇਂ ਤੋਂ ਜੰਗਲਾਂ ਵਿੱਚ ਵਸਦੇ, ਜੰਗਲਾਂ ਦੇ ਰਾਜੇ ਕਹਾਉਂਦੇ ਨੇ, ਫੁੱਲਾਂ ਦਾ ਰਾਜਾ ਕਵਲ ਹੈ ਤੇ ਭੱਜਣ ਵਾਲੇ ਜਾਨਵਰਾਂ ਦਾ ਰਾਜਾ ਹਰਨ ਹੈ, ਮੱਛ ਸਮੁੰਦਰ ਦਾ ਰਾਜਾ ਹੈ, ਫਿਰ ਵੀ ਕਹਿੰਦੇ ਲੱਜਾ ਦੇ ਸਹਿਤ ਹੋ ਰਹੇ ਨੇ। ਕੀਰ ਕਪੋਤ ਮਯੂਰ ਮਰਾਲਾ, ਸਾਹਿਬ ਜੀ ਕਹਿੰਦੇ ਨੇ ਕੀਰ ਤੋਤਾ ਕਪੋਤ ਕਬੂਤਰ ਤੇ ਮਯੂਰ ਮੋਰ ਤੇ ਮਰਾਲਾ ਹੰਸ, ਲਜਤ ਬਸਤ ਮਾਨਸ ਬਹੁ ਕਾਲਾ, ਭਾਵੇਂ ਮਾਨ ਸਰੋਵਰ ਤੇ ਵਸਦੇ ਨੇ ਪਰ ਫਿਰ ਵੀ ਇਹ ਚੰਦਰਮੇ ਦੀ ਸ਼ੋਭਾ ਨੂੰ ਵੇਖ ਕਰਕੇ ਲੱਜਾ ਦੇ ਸਹਿਤ ਹੋ ਰਹੇ ਨੇ। ਏਕ ਜੀ ਕਛ ਵਰਨ ਨਾ ਜਾਹੀ, ਮਹਾਰਾਜ ਸਾਹਿਬ ਜੀ ਕਹਿੰਦੇ ਇੱਕ ਜ਼ਬਾਨ ਦੇ ਨਾਲ ਕੋਈ ਸ਼ੋਭਾ ਕੀਤੀ ਨਹੀਂ ਜਾ ਸਕਦੀ। ਸ਼ੇਸ਼ ਥਕਤ ਸ਼ਬ ਕਹਿ ਨਾ ਸਕਾਹੀ, ਤੇ ਸ਼ੇਸ਼ ਨਾਗ ਜਿਹੜਾ ਏ ਉਹ ਥੱਕ ਜਾਂਦਾ ਏ, ਜੇ ਉਹ ਕਵੇ ਵੀ ਮੈਂ ਚੰਦਰਮੇ ਦੀ ਸ਼ੋਭਾ ਕਹਿ ਲਵਾਂ। ਨਮਸਕਾਰ ਮੋਰੀ ਬਹੁ ਬੰਧਨ, ਮੇਰੀ ਬਹੁਤੀ ਵਾਰ ਨਮਸਕਾਰ ਹੈ। ਸ਼ਸਤਰ ਅਸਤਰ ਭੂਖਨ ਰਿਖ ਨੰਦਨ, ਸ਼ਸਤਰ ਤੇ ਅਸਤਰ ਤੇ ਗਹਿਣੇ ਜਿਹੜੇ ਧਾਰਨ ਕੀਤੇ ਹੋਏ ਨੇ ਚੰਦਰਮੇ ਨੇ ਉਹਨਾਂ ਨੂੰ, ਚੜੀ ਬਿਬਦ ਬਿਦ ਨਕਟਕ ਨਸੇਸਾ, ਅਤੇ ਅਨੇਕਾਂ ਤਰੀਕਿਆਂ ਦੇ ਨਾਲ ਚੰਦਰਮੇ ਦੀ ਭਉ ਚੜੀ ਹੈ। ਅਸਤਰ ਸ਼ਸਤਰ ਭੂਖਨ ਬਹੁ ਵੇਸਾ, ਬਹੁਤੇ ਸ਼ਸਤਰ ਤੇ ਅਸਤਰ ਤੇ ਗਹਿਣੇ ਧਾਰਨਾ ਕੀਤੇ ਨੇ। ਅਸੁਰ ਨਾਸ ਹਿਤ ਚੜੇ ਮਯੰਕਾ, ਦੰਤਾਂ ਦਾ ਨਾਸ ਕਰਨ ਵਾਸਤੇ ਚੰਦਰਮਾ ਜੀ ਚੜੇ ਨੇ। ਸਿਭਰੇ ਸੁਰ ਸੁਭਟੇ ਸੁਟ ਬੰਕਾ, ਅਤੇ ਭਿਭਰੇ ਗੱਜੇ ਨੇ ਸੂਰ ਸੂਰਮੇ, ਸੁਭਟ ਨਾਮ ਸੂਰਮਿਆਂ ਦਾ ਏ, ਤੇ ਸੁਰ ਬੰਕਾ ਸੋਹਣੇ ਸੂਰਮੇ। ਸੋ ਇੰਨੀ ਕਥਾ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਅੱਜ ਮੇਰੀ ਵੀ ਕੋਈ ਬਿਰਤੀ ਟਿਕਾਣੇ ਨਹੀਂ ਸੀ, ਪਰ ਜਿਵੇਂ ਦੀ ਵੀ ਸਾਹਿਬ ਜੀ ਨੇ ਕਥਾ ਕਰਵਾ ਲਈ ਹੈ, ਆਪ ਗੁਰੂ ਕੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਜੀ। ਅਸੁਰ ਨਾਸ ਹਿਤ ਚੜੇ ਮਯੰਕਾ, ਭਿਭਰੇ ਸੁਰ ਸੁਭਟ ਸੁਰ ਬੰਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।